Smoking and consumption of alcohol are injurious to health. दुनिया बनाउण वालिया साडी फसलां उगाउण वालियां दी अरदास कदों सुनेगा तू। ਸਮਾਨ ਲੱਦ ਕੇ ਕਿੱਧਰ ਮੂੰਹ ਚੱਕਿਆ ਵੇ? ਤੇਰੀ ਮਰਜ਼ੀ ਤੋਂ ਬਿਨਾਂ ਤਾਂ ਬੀਬੀਐਸ ਘਰ ਚੋਂ ਕੋਈ ਮਿੱਟੀ ਦੀ ਮੁੱਠ ਨਹੀਂ ਚੱਕ ਸਕਦਾ। ਮੂੰਹ ਕਿਸੇ ਨੇ ਕੀ ਚੱਕਣਾ? ਨਾ ਬੋਲਣਾ ਕਿੱਥੋਂ ਸਿੱਖਿਆ? ਚੁੱਪ ਰਹਿ ਕੇ ਵੀ ਕੀ ਮਿਲਿਆ ਮਾਂ? ਦੇ ਆਸ਼ੀਰਵਾਦ। ਆਸ਼ੀਰਵਾਦ ਵੀ ਮਿਲ ਜੂ, ਪਹਿਲਾਂ ਸਿੱਧੀ ਸਿੱਧੀ ਤਰ੍ਹਾਂ ਇਹ ਦੱਸ ਪੁੱਤ ਮੇਰਿਆ ਬਈ ਚੱਲਿਆ ਕਿੱਧਰ ਹੈ? ਮੇਰੀ ਬਦਲੀ ਹੋ ਗਈ ਬੀਬੀ, ਜੈਂਤੀ ਮਾਜਰੀ ਚੰਡੀਗੜ੍ਹ ਦੇ ਕੋਲ। ਨਾ ਪਹਿਲਾਂ ਤਾਂ ਦੱਸਿਆ ਨਹੀਂ, ਫਿਰ बहुत देर तो कदे किसी ने कुछ पूछया भी तो नहीं। नाले बीबी तू पुछ दी नहीं, तू तो बस कहनी है। चलता मैं। सतनाम सतनाम Thank you.
ਸਕੂਲ ਕਿੱਧਰ ਹੈ ਜੀ? ਸਿੱਧਾ ਵਗ ਜਾ। ਬਹੁਤ ਮਿਹਰਬਾਨੀ। ਕਿਤੇ ਨਵਾਂ ਮਾਸਟਰ ਤਾਂ ਨਹੀਂ? ਲੱਗਦਾ ਇੱਕ ਚਿੱਠੀ ਹੋਰ ਵੱਧ ਗਈ ਆਪਣੇ ਪਿੰਡ 'ਚ। ਦੇਖੋ ਜੀ, ਮੇਰੇ ਅੰਡਰ ਜੁਆਇਨ ਕਰਨ ਦਾ ਮਤਲਬ ਹੈ ਨੋ ਫਰਲੋ। ਮੈਂ ਆਪ ਛੁੱਟੀ ਲੈਂਦਾ ਨਹੀਂ ਤੇ ਕਿਸੇ ਨੂੰ ਛੁੱਟੀ ਤੋਂ ਬਿਨਾਂ ਜਾਣ ਨਹੀਂ ਦਿੰਦਾ। ਕੀ ਬਾਤ ਹੈ, ਵੈਰੀ ਗੁੱਡ ਸਰ। ਬੱਚਿਓ ਉੱਠੋ ਪੁੱਤਰ, ਚਲੋ ਕਲਾਸ। ਠੀਕ ਹੈ ਸਰ। ਆਪਣਾ ਵੀ ਮਾਸਟਰ ਜੀ ਤੁਹਾਡੇ ਵਾਲਾ ਹਿਸਾਬ ਹੀ ਹੈ ਵੈਸੇ। ਮੈਂ ਤਾਂ ਬਲਕਿ ਸੰਡੇ ਨੂੰ ਵੀ ਸਕੂਲੇ ਆ ਕੇ ਬਹੁਤ ਖੁਸ਼ ਹੁੰਦਾ। ਮੈਂ ਤਾਂ ਆਇਆ ਕਰੂੰਗਾ ਸੰਡੇ ਨੂੰ, ਤੁਸੀਂ ਵੇਖੋ ਜੇ ਸੈਟਿੰਗ ਬਣਦੀ ਹੈ। ਉਹ ਛੱਡੋ ਤੁਸੀਂ ਇਹਨਾਂ ਗੱਲਾਂ ਨੂੰ। ਮੈਂ ਤੁਹਾਡੇ ਰਹਿਣ ਦਾ ਇੰਤਜ਼ਾਮ ਸੂਬੇਦਾਰ ਸਾਹਿਬ ਦੇ ਘਰ ਕਰ ਦਿੱਤਾ। ਆ ਬਿਜਲੀ ਪਾਣੀ ਦੇ ਖਰਚੇ ਮਿਲਾ ਕੇ ਕੁੱਲ 2500 ਰੁਪਏ ਤੁਹਾਨੂੰ। ਇੰਡੀਆ 'ਚ ਕਿੰਨੀਆਂ ਸਟੇਟਾਂ ਨੇ ਹੁਣ? ਉਹ ਕਮਾਲ ਕਰਦੇ ਹੋ ਨੀਤੂ ਮੈਡਮ, ਆ ਗੂਗਲ ਆਂਟੀ ਤੁਹਾਡੇ ਕੋਲ ਹੈ, ਇਹਨੂੰ ਪੁੱਛੋ। ਮੈਡਮ 29 ਸਟੇਟਸ ਨੇ ਤੇ 7 ਯੂਨੀਅਨ ਟੈਰੀਟਰੀਜ਼। ਚਲੋ ਚਲੋ। ਵੈਸੇ ਤੁਹਾਡਾ ਗੂਗਲ ਅੰਕਲ ਬੰਨਾ ਠੀਕ ਨਹੀਂ। ਸਰ ਜੀ ਸਰ ਜੀ, ਅੱਜ ਫੜ ਲਓ, ਕਿੰਨੇ ਵਜੇ ਮਾਰਨੀ ਹੈ ਜੀ ਤੁਸੀਂ? ਮਿਡ ਡੇ ਮੀਲ ਖਾ ਕੇ ਜੀ ਜਾਂ ਪਹਿਲਾਂ ਹੀ ਜੀ? ਕਿਹੜੀ ਫੜ ਲਓ, ਤੂੰ ਜਾ ਕੇ ਆਪਣਾ ਕੰਮ ਕਰ, ਮਾਰ ਸਬਜ਼ੀ ਚ ਕੜਛੀ ਕੁੜਛੀ। ਆ ਨਵੇਂ ਨਵੇਂ ਸਰ ਜੀ, ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਭੈਣ ਜੀ, ਸਤਿ ਸ੍ਰੀ ਅਕਾਲ। ਚਲੋ ਸਤਿ ਸ੍ਰੀ ਅਕਾਲ। ਅੱਛਾ ਮੈਨੂੰ ਸਾਰੇ ਦੱਸ ਦੋ, ਮੈਂ ਕਲਾਸ ਕਿਹੜੀ ਲੈਣੀ ਹੈ? ਉਹ ਛੱਡੋ ਸਰ, ਪਹਿਲਾ ਦਿਨ ਕਾਹਦੀਆਂ ਕਲਾਸਾਂ, ਸਾਰਾ ਸਾਲ ਕਲਾਸਾਂ ਹੀ ਲੈਣੀਆਂ। ਹੁਣ ਤੁਸੀਂ ਰੈਸਟ ਕਰੋ, ਗੇਟੋ ਖੱਬੇ ਪਾਸੇ ਨਿਕਲ ਕੇ ਜਿਹਨੂੰ ਮਰਜ਼ੀ ਪੁੱਛ ਲਓ ਸੂਬੇਦਾਰਾਂ ਦਾ ਘਰ। ਪਰ ਉਸ ਤੋਂ ਪਹਿਲਾਂ ਇੱਕ ਮਿੰਟ ਰੁਕੋ ਮਹਾਰਾਜ, ਇੱਕ ਸੈਲਫੀ ਤਾਂ ਕਰ ਲਈਏ ਫੇਸਬੁੱਕ ਲਈ, ਲਿਖ ਕੇ ਪਾਵਾਂਗੇ ਕਿ ਫੀਲਿੰਗ ਹੋਰੂ ਹੋਰੂ ਵਿਦ ਨਿਊ ਕਲੀਗ। ਆ ਸਮਾਈਲ ਪਲੀਜ਼। ਪੰਜਾਹ ਰੁਪਏ 70 ਪੈਸੇ ਨੱਥੂ ਭਾਨੋ ਕਾ, 5 ਰੁਪਈਏ ਚਰਨਾ ਫੁੱਲ ਦਲਵਾਰੇ ਕਾ, 16 ਰੁਪਈਏ ਕਰਮੀ। ਹਾਂਜੀ ਭਾਈ ਸਾਹਿਬ, ਕੀ ਚਾਹੀਦਾ? ਬਸ ਜੀ ਤੁਹਾਡੀ ਪਿਆਰੀ ਜੀ ਸਮਾਈਲ ਤੇ ਅੱਧਾ ਕੁ ਮਿੰਟ ਚਾਹੀਦਾ ਪਿਆਰਿਓ। ਸਮਾਈਲ ਨੂੰ ਕਿਹੜਾ ਮੈਂ ਮਨਾਹੀ ਕੀਤੀ ਹੈ, ਨਾਲੇ ਗੱਲਾਂ ਬੜੀਆਂ ਮਿੱਠੀਆਂ ਕਰਦੇ ਹੋ, ਖੰਡ ਮਿਲ ਜੀ ਲੱਗੇ ਹੋ। ਬਸ ਜੀ ਉਸ ਅਕਾਲ ਪੁਰਖ ਨੇ ਜੀਭ 'ਤੇ ਖੰਡ ਮਿਲ ਲਾ ਰੱਖੀ ਹੈ ਜੀ। ਉਹ ਕਿਵੇਂ ਆ ਮਿੱਤਰਾ, ਸ਼ਿੰਗਾਰ ਦੀ ਘੋੜੀ ਫਿਰ ਜਾਉਂਦੇ ਮੋੜਾ ਵੀ? ਓਏ ਉਲਗੀ ਵਿੱਚ ਆ ਬਾਬਾ। ਅੱਛਾ ਸ਼ੰਭੂਨਾਥ ਜੀ, ਆਪਣੇ ਸੂਬੇਦਾਰ ਸਾਹਿਬ ਦਾ ਘਰ ਕਿੱਥੇ ਆ ਭਲਾ? ਅੱਛਾ ਅੱਛਾ, ਸੂਬੇਦਾਰ ਦੇ ਜਾਣਾ ਦਾ ਮਤਾ ਰੌਂਗ ਨੰਬਰੀ ਦਾਦਾ ਦੀ। ਐਂ ਕਰੋ ਮਾਸਟਰ ਜੀ, ਇੱਥੋਂ ਸੱਜੇ ਨੂੰ ਕੱਟ ਲਓ, ਖੱਬੇ ਪਾਸੇ ਮੁੜ ਕੇ ਦੂਜੇ ਹੀ ਘਰ ਆ ਉਹਨਾਂ ਦਾ। ਠੀਕ ਹੈ ਜੀ ਠੀਕ। ਪਰ ਸ਼ੰਭੂਨਾਥ ਜੀ, ਹਾਂਜੀ, ਤੁਹਾਨੂੰ ਕਿਵੇਂ ਪਤਾ ਕਿ ਮੈਂ ਮਾਸਟਰ ਹਾਂ? ਮਹਾਰਾਜ ਜਿਹੜਾ ਪਹਿਲਾ ਮਾਸਟਰ ਸੀ ਉਹ ਵੀ ਸੂਬੇਦਾਰ ਦੇ ਘਰ ਹੀ ਰਹਿੰਦਾ ਸੀ, ਉਹ ਵੀ ਰੌਂਗ ਨੰਬਰ ਆ ਗਿਆ ਮੇਰੇ ਨਾਲ, ਜਾਂਦਾ ਜਾਂਦਾ 97 ਰੁਪਈਏ ਨੱਪ ਗਿਆ ਮੇਰੇ। ਚਲ ਰਕਮ ਤਾਂ ਕੋਈ ਵੱਡੀ ਨਹੀਂ ਸੀ, ਊ ਗੱਲ ਹੈ ਇੱਕ, ਪਹਿਲੇ ਮਾਸਟਰ ਦੇ 97 ਰੁਪਈਏ ਵੀ ਮੇਰੇ ਅਕਾਊਂਟ 'ਚ ਹੀ ਰੱਖ ਲਿਓ। ਪੁੱਤਾ ਬੜਾ ਦਿਲਦਾਰ ਲੱਗਦਾ ਬਈ। ਹੈ ਉਹ ਬਿੰਦਰ ਪੁੱਤਰ, ਮਾਸਟਰ ਜੀ ਆਏ, ਵਾਟਰ ਸਪਲਾਈ ਕਰੋ ਇਹਨਾਂ ਨੂੰ, ਪਰ ਇੱਕ ਗਲਾਸ। ਮੈਂ ਵਾਟਰ ਵੇਸਟਿੰਗ ਨੂੰ ਹੇਟ ਕਰਦਾ ਜੀ। ਖੈਰ ਸਾਡਾ ਘਰ ਲੱਭਣ ਵਿੱਚ ਕੋਈ ਪਰੇਸ਼ਾਨੀ ਤਾਂ ਨਹੀਂ ਆਈ? ਨਾ ਜੀ, ਤੁਹਾਡਾ ਤਾਂ ਸਾਰਾ ਪਿੰਡ ਹੀ GPS ਹੈ ਜੀ, ਜਿਹਨੂੰ ਪੁੱਛ ਲਓ ਟਿਕਾਣੇ ਤੇ ਹੀ ਭੇਜ ਦੇਣਗੇ। ਥੈਂਕ ਯੂ ਭੈਣ ਜੀ। ਇਹ ਮੇਰੀ ਧੀ ਹੈ ਬਿੰਦਰ, ਇੱਕ ਦੋਤਾ ਹੈ ਮੇਰਾ, ਮਿੱਠੂ ਹੈ ਉਹਦਾ ਨਾਂ, ਸਾਰਾ ਦਿਨ ਜੀ ਲਾ ਰੱਖਦਾ ਹੈ, ਤੁਹਾਡੇ ਹੀ ਸਕੂਲ 'ਚ ਪੜ੍ਹਦਾ ਹੈ। ਅੱਛਾ, ਆ ਪੌੜੀਆਂ ਚੜ੍ਹ ਜਾਓ, ਇਹ ਚੁਬਾਰਾ ਤੁਹਾਡਾ ਹੀ ਹੈ ਜੀ। ਸੁਭਦਰ ਸਾਹਿਬ ਸ਼ੁਕਰੀਆ। ਬਿੰਦਰੇ, ਮਾਸਟਰ ਜੀ ਵਾਸਤੇ T2 ਧਰ ਲਓ। ਲੜ ਖੁਸ਼ੀਆਂ ਦੇ ਲਾਉਂਦੀ ਹੈ ਬਾਣੀ ਸਤਿਗੁਰੂ ਨਾਨਕ ਦੀ, ਲੜ ਖੁਸ਼ੀਆਂ ਦੇ ਲਾਉਂਦੀ ਹੈ ਬਾਣੀ ਸਤਿਗੁਰੂ ਨਾਨਕ ਦੀ, ਲੜ ਖੁਸ਼ੀਆਂ ਦੇ ਲਾਉਂਦੀ ਹੈ ਬਾਣੀ ਸਤਿਗੁਰੂ ਨਾਨਕ ਦੀ। ਸਤਿ ਸ਼੍ਰੀ ਅਕਾਲ, ਗੁੱਡ ਮਾਰਨਿੰਗ ਗੁਰਮੁਖ ਜੀ। ਸਤਿ ਸ਼੍ਰੀ ਅਕਾਲ ਬਾਣੀ ਜੀ, ਗੁੱਡ ਮਾਰਨਿੰਗ।
आलो प्रसाद लेन लियाओ जी है गुरमुख जी सिर तो टक लो सॉरी यार बाणी वैसे ना मैं तो ना दे गुरमुख हां कहनी और करनी दी गुरमुख ता तू है भाई ओए होए होए इना मान बख्शा नहीं मानी नु आज तक पावे मैं रोटी ना ही खावा प्यार नाल ही रज गई हुन तो सगों आने वाले लिए भी खाना तुसी जे मेरे हुंदिया मां पुत दी खुराक च कोई कमी आई ना फिर वेखियो तुसी तुसी भी मां पुत कहया तुसी भी चाहुंदे हो कि पुत ही होवे ओ तू कमलियां दस है ਉਹੀ ਸੁਭਾਅ ਕੀ ਮੇਰੇ ਮੂੰਹ ਨਿਕਲ ਗਿਆ ਸੀ ਮੈਨੂੰ ਤਾਂ ਨਿਆਣਾ ਚਾਹੀਦਾ ਮੁੰਡਾ ਹੋਵੇ ਜਾਂ ਕੁੜੀ ਚੂਚਾ ਜਾਂ ਬਲੂੰਗੜਾ ਨਹੀਂ ਹੋਣਾ ਚਾਹੀਦਾ ਤੈਨੂੰ ਮੈਂ ਜਾਓ ਤੁਸੀਂ ਡਰਾਈ ਦਿੱਤਾ ਮੈਨੂੰ ਲੱਗੇ ਤੁਸੀਂ ਵੀ ਬੀਜੀ ਵਾਂਗ ਮੁੰਡਾ ਹੀ ਪਾਲਦੇ ਹੋ ਬੀਜੀ ਰੋਜ਼ ਕਹਿ ਦਿੰਦੇ ਆ ਮੈਨੂੰ ਪੋਤਾ ਚਾਹੀਦਾ ਓਏ ਓ ਐਵੇਂ ਸੋਚਿਆ ਨਾ ਕਰ ਬੀਬੀ ਬਾਰੇ ਤੈਨੂੰ ਪਤਾ ਬੁੜੀਆਂ ਦੀ ਆਦਤ ਦਰਅਸਲ ਵੀਰ ਵੱਡੇ ਦੇ ਵੀ ਤਿੰਨ ਕੁੜੀਆਂ ਹੀ ਆ ਨਾ ਤਾਂ ਬੀਜੀ ਚਾਹੁੰਦੀ ਹੈ ਭਈ ਪੋਤੇ ਦਾ ਵੀ ਮੂੰਹ ਦੇਖ ਲੈ ਅੱਛਾ ਤੇ ਜੇ ਪੋਤੀ ਪੋਤੀ ਇਜ਼ ਅ ਖੂਬਸੂਰਤ ਜੋਤੀ ਜੇ ਬੇਬੇ ਦੇ ਘਰ ਹੋ ਗਈ ਨਾ ਪੋਤੀ ਆਪਾਂ ਉਹਦਾ ਨਾਂ ਹੀ ਰੱਖ ਦੇਣਾ ਜੋਤੀ ਉਹ ਵੀ ਤੇਰੇ ਵਾਂਗ ਫਿਰ ਹਨੇਰਿਆਂ ਨੂੰ ਰੋਸ਼ਨ ਕਰਿਆ ਕਰੇਗੀ ਨਾ ਜੀ ਨਾ ਹਾਂ ਜੀ ਹਾਂ ਨਾ ਜੀ ਨਾ ਮਾਸਟਰ ਜੀ ਕੀ ਗੱਲ ਅੱਖ ਲੱਗ ਗਈ ਸੀ ਨਾ ਜੀ ਲੱਗੀਆਂ ਯਾਦ ਆ ਗਈਆਂ ਸੀ ਥੋੜਾ ਉੱਚੀ ਬੋਲਿਆ ਕਰੋ ਮੈਨੂੰ ਲੋ ਸਾਊਂਡ ਡਿਸਪਲਿਨ ਪਸੰਦ ਨਹੀਂ ਮੈਂ ਕਹਿ ਰਿਹਾ ਸੀ ਜੀ ਕਿ ਵਧੀਆ ਕੀਤਾ ਤੁਸੀਂ ਆ ਚਾਹ ਲਿਆਏ ਨਾ ਹੋਈ ਤਾਂ ਵੈਸੇ ਤੁਹਾਨੂੰ ਖੇਚਲੀ ਹੈ ਨਹੀਂ 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 ਕੋਈ ਗੱਲ ਨਹੀਂ ਕੋਈ ਗੱਲ ਨਹੀਂ ਜਦੋਂ ਤੁਸੀਂ ਬਣਾਉਣ ਲੱਗ ਗਏ ਅਸੀਂ ਖਾਲੀ ਗਲਾਸ ਲੈ ਕੇ ਰੋਜ਼ ਤੁਹਾਡੇ ਦਰਵਾਜ਼ੇ ਤੇ ਖੜ ਜਾਇਆ ਕਰਦਾ ਮੈਂ ਸ਼ਰਮ ਨਹੀਂ ਮਹਿਸੂਸ ਕਰਦਾ ਬਾਈ ਦੀ ਵੇ ਜਾਤ ਗੋਤ ਕੀ ਹੈ ਤੁਹਾਡਾ ਜਾਤ ਮੇਰੀ ਸਿੱਖ ਹੈ ਜੀ ਤੇ ਗੋਤ ਸਿੰਘ ਹੈ ਸਤਨਾਮ ਸਤਨਾਮ ਜੀ ਜਪ ਲੈ ਵਾਹਿਗੁਰੂ ਵਾਹਿਗੁਰੂ ਜੀ ਸਤਨਾਮ ਸਤਨਾਮ ਜੀ ਜਪ ਲੈ ਵਾਹਿਗੁਰੂ ਵਾਹਿਗੁਰੂ ਜੀ ਦਾਤਾ ਸਭ ਨੂੰ ਹੀ ਜਾਣੇ ਕੋਈ ਰਾਜਾ ਕੋਈ ਭਿਖਾਰੀ ਵਾਹਿਗੁਰੂ ਮੇਰੇ ਦੋਸ਼ ਤੇ ਬੁਰਾਈਆਂ ਨੂੰ ਅਣਦੇਖਿਆ ਕਰਨਾ ਮਨ ਨੀਵਾਂ ਤੇ ਮਤ ਉੱਚੀ ਰੱਖਣਾ ਬਲ ਬਖਸ਼ਣਾ ਕਿ ਮੈਂ ਨਿਮਾਣਿਆਂ ਤੇ ਨਿਤਾਣਿਆਂ ਦੇ ਨਾਲ ਖੜਾ ਹੋ ਸਕਾਂ ਜਪ ਲੈ ਵਾਹਿਗੁਰੂ ਵਾਹਿਗੁਰੂ ਜੀ ਸਤਨਾਮ ਸਤਨਾਮ ਜੀ ਜਪ ਲੈ ਵਾਹਿਗੁਰੂ ਵਾਹਿਗੁਰੂ ਜੀ ਪਿੰਡ ਚ ਕੋਈ ਬੰਦਾ ਨਹੀਂ ਦਿਸਦਾ ਇੱਥੇ ਸ਼ਾਮ ਨੂੰ ਕਿਤੇ ਕਰਫਿਊ ਤੇ ਨਹੀਂ ਲੱਗਦਾ ਹੈ ਕਿੱਧਰ ਗਈ ਸਾਰੀ ਜਨਤਾ ਇੱਥੇ ਆ ਦੇਸ਼ ਦੀ ਇੰਪੋਰਟੈਂਟ ਜਨਤਾ ਆਪਣਾ ਹੈਂਗਰ ਤੂੰ ਕਿੱਧਰ ਲਟਕਦਾ ਫਿਰਦਾ ਓਏ ਉਹ ਪਤੰਦਰੋ ਤੁਸੀਂ ਵੀ ਘਰੋਂ ਬਾਹਰ ਦੁਖੀ ਆ ਯਾਰ ਰੋਜ਼ ਹੀ ਆ ਜਾਂਦੇ ਭਰਾ ਕੀ ਸਕੀਮਾ ਓਏ ਹੈਂਗਰ ਮਾਡਰੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਮੈਂ ਲਾਟਰੀ ਪਿੰਡ ਦਾ ਪਰਸਨਲ ਡਾਕੀਆ ਅਸਲੀ ਨਾਮ ਕੀ ਹੈ ਕੀ ਗੱਲ ਉਹ ਡਿਊਟੀ ਲੱਗ ਗਈ ਵੀ ਤੜਕੇ ਲੈਟਰਿੰਗ ਜਾਂਦਿਆਂ ਨੂੰ ਗਿਣੋ ਤੇ ਸ਼ਾਮ ਨੂੰ ਪੈਗ ਲਾਉਂਦਿਆਂ ਨੂੰ ਮਿਲੋ ਡਿਊਟੀ ਦਾ ਤਾਂ ਕੀ ਹੈ ਜੀ ਡਿਊਟੀ ਦੇ ਵਿੱਚੋਂ ਹੀ ਡਿਊਟੀ ਨਿਕਲਦੀ ਹੈ ਜੀ ਹੈ ਇੱਕ ਡਿਊਟੀ ਕਹਿੰਦੀ ਤੂੰ ਮੈਨੂੰ ਕਰ ਦੂਜੀ ਕਹਿੰਦੀ ਮੈਂ ਮਰ ਜੂੰ ਤੇਰੇ ਬਿਨਾਂ ਤੀਜੀ ਡਿਊਟੀ ਦੀ ਵੱਖਰੀ ਫਰੈਂਡ ਰਿਕੁਐਸਟ ਆ ਜਾਂਦੀ ਹੈ ਜੀ ਹੈਂਗਰਾ ਮੈਨੂੰ ਮਾਟਰ ਪਹਿਲਾਂ ਹੀ ਘੁੱਟ ਲਾ ਕੇ ਆਇਆ ਲੱਗਦਾ ਪਰ ਕੱਚ ਕੋਈ ਗੱਲ ਨਹੀਂ ਜੀ ਹੋਰ ਲਵਾ ਦਿੰਦੇ ਹਾਂ ਕਿਹੜੀ ਲਿਆਵਾਂ ਜੀ ਮਾਫ਼ ਕਰੋ ਮਿੱਤਰੋ ਨਾ ਮੈਂ ਪੀਆਂ ਤੇ ਨਾ ਮੈਂ ਪਿਆਵਾਂ ਕਿਸੇ ਨੂੰ ਮੇਰਾ ਇੱਥੇ ਕੀ ਮੋਮਬੱਤੀਆਂ ਲਾਉਣਾ ਹੈ ਮੈਂ ਜੀ ਦਰਅਸਲ ਛੇਤੀ ਦੇ ਬਈ ਗੁਰੂ ਘਰ ਗਿਆ ਸੀ ਉੱਥੇ ਦਿਸਿਆ ਹੀ ਕੋਈ ਨਹੀਂ ਤੁਸੀਂ ਸੋਚਿਆ ਹੋਣਾ ਵੀ ਪਿੰਡ ਨੂੰ ਕੀ ਸੱਪ ਸੁੰਘ ਗਿਆ ਉਹ ਮੈਂ ਨਹੀਂ ਕਿਸੇ ਨੂੰ ਸੁੰਘਿਆ ਉਹ ਤੈਨੂੰ ਨਹੀਂ ਕਿਹਾ ਸੱਪ ਦਰਅਸਲ ਜੀ ਲੋਕਾਂ ਨੂੰ ਮਿਲੇ ਬਿਨਾਂ ਔਰ ਉਹਨਾਂ ਨਾਲ ਗੱਲਾਂ ਕੀਤੇ ਬਿਨਾਂ ਮੇਰਾ ਤਾਂ ਟਾਈਮ ਨਹੀਂ ਲੰਘਦਾ ਜੀ ਤੁਰੇ ਫਿਰਦੇ ਆ ਇੱਧਰ ਰੌਣਕ ਜੀ ਦੀ ਸੀ ਇੱਧਰ ਨੂੰ ਆ ਗਿਆ ਜੀ ਸਾਡੇ ਪਿੰਡ ਵਾਲੇ ਤਾਂ ਗੁਰਦੁਆਰੇ ਸਾਲ ਛਮਾਹੀ ਜਾਂਦੇ ਆ ਜੀ ਆਥਣ ਵੇਲੇ ਟੀਵੀ ਦੀ ਮਕਾਨ ਭਰਦੇ ਆ ਤੇ ਆ ਲਾਟਰੀ ਅਰਗੇ ਆ ਜਿਹੜੇ ਇਸੇ ਖਾੜਾ ਲਾਉਂਦੇ ਸ਼ਾਮ ਨੂੰ ਐ ਕਰੋ ਫਿਰ ਮਿੱਤਰ ਪਿਆਰਿਓ ਇੱਕ ਕੱਪ ਚਾਹ ਦਾ ਪਿਆਓ ਸਾਰੇ ਨਾ ਪੀਏ ਤੇ ਨਾ ਪਿਆਈਏ
ਚਾਹ ਤਾਂ ਹੈ ਨਹੀਂ ਜੀ। ਉਹ ਹੈ ਨਹੀਂ, ਉਹ ਕੱਲ ਸਕੂਟਰ ਚੱਕਿਆ ਗਿਆ। ਉਹ ਆ ਦੇਖ ਲੋ, ਅੱਜ ਸਾਈਕਲ ਚੱਕਿਆ ਗਿਆ। ਉਹ ਮੈਂ ਲੁੱਟਿਆ ਗਿਆ ਉਹ। ਉਹ ਤੂੰ ਘਰ ਨੂੰ ਜਾ ਸੱਪ, ਮੈਂ ਆਪੇ ਲੱਭ ਦੂੰ, ਪਰ ਰੁਪਈਆ 100 ਲੱਗੂ। समान चोरी करवाता, बाद चोरी का समान दसन मोटी फीस लाती अगले नू। नाइस, वेरी नाइस। ठीक है जी, सत श्री अकाल जी। सत श्री अकाल। लाटरी की कह गया है? मतलब कहना भी कहना 100 रुपया फीस घट है। रेट चेक लो। ओके जी, थैंक यू। बस नाटी। सर जी अग लगी भैया सब्जी मंडी च। ओहो, की हो गया? कोई नुकसान तो नहीं होया ज्यादा? ओ ना सर जी, ओ वाली नहीं, मंगियाई वाली। की रौला पाया तुसी ओए? तुहाडे मास्टर जी कित्थे आ? चलो बैठो। इत्थे ने। किद्दां गुरमुख जी, अज भुंजई आसन लाया, सुख तां है। पुलर साहब, बाबा जी कह गए सी निमे सो गौड़ा होए, सो कदे कदे बाबा जी दी मान ली दी है। फार लो सर जी, पापा चंडीगढ़ तो सस्ती बोतल लेके आए सी। ले जो। चुप करे, मैं जरा चक्की तो आटा चुक लिया वा, तुसी 2 मिनट इन्हां नाल पंपा पाओ खेडो। बस मैं गया ते आया। ठीक है जी, ठीक है, ध्यान रखियो। ओए फार लो सर जी, की हुंदा? सर जी फार लो, ज्यादा मार दें जी। पुत कदे टीचर्स दे पुठे ना नहीं लईदे, ठीक है? सर इन्हां दे केड़े सिद्धे नाम ने? आ पेट्रोल है, आ दुख देना ते आ फ्यूज है। मैडम, जिथे कोई चीज गलत है ओनू सही थां ते लैके आउणा साडा टीचर्स दा धर्म है। जे इन्हां बच्चियां नू एक दूसरे दे ना ही नहीं पता होणगे तां फिर इन्हां नू भाई जैता जी, भाई तारू जी, भाई मती दास, भाई सती दास, भाई कन्हैया जी, बंदा बहादुर, हरी सिंह नलुआ, महाराजा रणजीत सिंह, दीवान टोडरमल, पीर बुद्धू शाह, इन्हां दे नाम कौन दसेगा? सो मैम, सिखाउण वास्ते सीखना पैणा। विद्या विचारी तप्पा रूपकारी है जी, की जी। बच्चियो, ए बाबे गुरु नानक दी बाणी है, ते गुरबाणी सानू रस्ता दसदी है कि किधर जाना और किधर नहीं जाना। और बाबे दे दर तो असीं जो भी सच्चे मनो मंगदे आ ना बच्चे, उह सानू मिल जांदा। अच्छा सर जी, जो मंगो ओही मिल जांदा? सच्चे मनो मंगांगे जरूर मिलदा। सर जी, जे मंगी मैथ ना पढ़ाया जावे ता बांजू गल? आपा ये क्यों मंगना बच्चे के मैथ्स ना पढ़ाया जाए सानू? आपा ये क्यों नहीं मंगदे के बाबा जी मैनू मैथ समझ आ जाए? इसे गल दा इतरौला बच्चे के सानू मंगना ही नहीं आउंदा। गुड्डी, तू बहुत चुप करके बैठी है पुत, ना तू मन नाल खेडी है, किसी नाल गल भी नहीं करदी। हैं, की ना है तेरा? सर जी, ये तो ना ही फ्यूज है, इहने की बोलना? तेरे च ज्यादा करंट लगदा पुत मैनू। हैं, तू चुप करके नहीं बहिंदा? सर जी, तां ही तैनू पेट्रोल कहिंदे आ। की नाम है मेरे पुत दा? जी ज्योति। पोती इज अ खूबसूरत ज्योति। जे बेबे दे घर होगी ना पोती, आपां उहदा नां ही रख देना ज्योति। बहुत सोहना नां है पुत। ज्योति मतलब रोशनी, चानण। तू हनेरियां नूं दूर करेंगी पुत। सर, मैं किस दिन तो अरदास शुरू कर सकता जी? तू कदी अरदास शुरू करनी है भाई? सीक्रेट आ जी। जे वेला वक्त विचारीए तां कित वेला भगत होए। सो पुत, अगर असीं अरदास लई, पढ़ाई लई किसे खास समय दा इंतजार करी जावांगे ना, ओह फिर कदे हो ही नहीं सकदा। कहिंदे आ ना, कल करे सो आज कर, आज करे सो अब, पल में परलय होएगी, फिर करोगे कब? ਮੇਰੀਆਂ ਪੰਜਵੀਂ ਫੇਲ ਨਾਲੇ ਪਾਸ,
जटा दी जड़ा से सरकार बह गई जड़िया तेरे वरिया लड़िया बुचिया सू छेडा कर लग गांू थोड़ी क्या सोही साहब गुस्सा ना करू कल कर्जा चुकया कहना गुआंढियां ने बंबू कर दिता मैं कार दू हूं गुआंढी तो हेलीकॉप्टर देंगे बी तू अपनी कुड़ी हवाई जहाज देगा लुफ्तांसा गुस्सा ना करू गल एक तू कर इन्हू भी दस दे बई मेरे मुंडे का रिश्ता टुट गया जे तेरा फिर भी नहीं सरदा फिर गल च ढोल पा ला आए कर गुरुद्वारे जाके ना अनाउंसमेंट करा दे ठीक है हाँ हेलो भौंक मैं बोधी राम की बोधी पट रहा घर आके तेरे गुत पटूंगा हूं तू मेरी शकल देख के वर्त तोड़ने ना शमशेर लैके कुड़ी पहला तो जिनी जमीन थी बाद चो लग गया सही नंबर चिट्टा बेच बेच के काला तन कमा लिया उन्हें फिर रिश्ता तोड़ता बस तुम ये समझो भी सोही साहब ने जिन्हें नंबर भी लाए ने बस रोंग नंबर ही लाए नानक दुखिया सब संसार किन्ने होए लाला जी 235 हो गए जी कोई दी बाद च आ जांगे लिख लांगे नहीं नहीं तुसी ओ लिख के लाया होया ना आज नगद कल उधार ओ लिखे ते आज कल कौन अमल करदा जी भला वैसे करना चाहिदा अमल लिखे होए ते चाहे ओ गीता च लिखया होवे चाहे गुरु ग्रंथ साहिब च लिखया होवे अमल ता करना चाहिदा वैसे हुण मेरे 15 रुपए निकलदे जी थोड़े वल कोई दी ओ फिर सादे वल लिख दियो लो फिर खुशी इक सेल्फी करिए ਆਪਾਂ ਫੇਸਬੁੱਕ ਤੇ ਡਾਊਨਲੋਡ ਕਰਾਂਗੇ ਸੱਪ ਦਾ ਸਾਈਕਲ ਮਿਲਣ ਤੋਂ ਬਾਅਦ ਵਿਦ ਹੈਂਗਰ ਐਕਸਾਈਟਿਡ ਫੀਲਿੰਗ ਲਪਾਤਾ ਫੇਸ ਮੇਰੇ ਸਗੇ ਯਾਰ ਹੈਂਗਰ ਲਾਟਰੀ ਜਿੰਦਾਬਾਦ ਮਾਫੀ ਜੀ ਕੀ ਆ ਓਏ ਓਏ ਤਾਂ ਫਿਸ਼ ਫਾਰ ਵਾਈਫ ਆ ਭਾਬੀ ਲਈ ਫਿਸ਼ ਭਾਬੀ ਲਈ वेरी गुड वेरी नाइस हस्बैंड सप बैठ बैठ लपड़िया ग्लासी ओए दो चीजें जट मंगदा फा जट मंगदा सल्फास जट मंगदा दिस एंड दैट हुन हुन जा बैंक वाले नी जा फिर मैं नी ट्रैक्टर चकनू फरदिया यार जट दा हाथ लागे दिखाउण जे दिल्ली दियां कुर्सियां ना पलटा के रख दिया हैंगर लिया भी मित्र प्यारे चाह दा कप आ एक चाह किथे है इत्थे सोही साहब मैं सवेरे चाह दा समान दे गया सी सोही साहब भुखो भुखो सोही दे जखमा दे नूण ओ किस्मत दी माड़ी लिखदी पैरी रब ने लो दसो जी रब हुण इन्ना वेला भी बह के किस्मतां लिखदा फिर ਇਹ ਤਾਂ ਬੰਦੇ ਦੇ ਆਪਣੇ ਕੰਮ ਤੇ ਬੰਦੇ ਦੇ ਫੈਸਲੇ ਉਹੀ ਲਾਈਫ ਦੇ ਵਿੱਚ ਟ੍ਰੈਜਡੀ ਤੇ ਲਾਫਟਰ ਲਿਖਦੇ ਨੇ ਜਾ ਲਓ ਜੀ ਸ਼ੁਕਰੀਆ ਜੀ ਸ਼ੁਕਰੀਆ ਬਸ ਠੀਕ ਹੈ ਠੀਕ ਹੈ ਵੈਸੇ ਲਾਟਰੀ ਤੂੰ ਵੀ ਨਾ ਸਰਕਾਰ ਦੀ ਤਨਖਾਹ ਐਵੇਂ ਹੀ ਕੁੱਟੀ ਜਾਂਦਾ ਤੈਨੂੰ ਮੈਂ ਦੱਸਾਂ ਚਿੱਠੀਆਂ ਚੁੱਠੀਆਂ ਤੇ ਅੱਜ ਕੱਲ੍ਹ ਲਿਖਦਾ ਕੋਈ ਨੀ ਸਾਮਕਾ ਹੁਣ ਤਾਂ ਚਿੱਠੀਆਂ ਵੱਧ ਆਉਂਦੀਆਂ ਬਿਜਲੀ ਪਾਣੀ ਫੋਨਾਂ ਦੇ ਬਿੱਲ ਡਾਕ ਰਾਹੀਂ ਬੀਮੇ ਦੀਆਂ ਚਿੱਠੀਆਂ वाहेगुरु फ्रॉम वाले का ना पता ही नहीं होता यार फ्रॉम सतनाम वाहेगुरु अच्छा की कर दूं उस चिट्ठी दा लॉटरी करना की है पीपा जा लाया कोड़े जी पाके रख दी जे बस है कदी वो चिट्ठी पढ़ के नहीं देखी की लिखिया हुंदा उहदे च ईमानदार है लॉटरी भाई साहब गलत काम नहीं करदा ओ बेड़ा बह गया हो किसे दा आज मेरी मछली लागा कोई चक ओ देख लो सोनू अपने जीजे दा रोज को सामान चक ले लेंदा लब जू करी लॉटरी देख लो सोनू मैं ਇਮਾਨਦਾਰੀ ਵਾਲੇ ਨਾਰੇ ਤਾਂ ਬਹੁਤ ਦੇਰ ਦੇ ਸੁਣਦਾ ਮੈਂ ਹੁਣ ਤੂੰ ਤੇ ਹੈਂਗਰ ਸੱਪ ਨੂੰ ਡਸਣਾ ਬੰਦ ਕਰ ਦੇ ਚੰਗਾ ਜੀ ਮਤਲਬ ਮਤਲਬ ਮੈਂ ਮਾਸਟਰ ਕੀ ਕਹਿ ਜਾਂਦਾ
दस दस कहिंदा रेट चक दे सप्प दा समान लभण दा ऐ नहीं सुधरना सप्प ने अच्छा मैनू लगदा मास्टर दा ही कारा कीता यस यस ठीक है ओ मास्टर ओ तू मेरी घरवाली दी मच्छी खा गया ਇਹ ਕਿਹੜਾ ਸੀ ਉਹ ਧੂੜ ਦਾ ਫੁੱਫੜ ਓਹੋ ਸਰ ਜੀ ਸ਼ਮਸ਼ੇਰ ਬ੍ਰਾਂਡ ਸੀਗਾ ਬਲੈਕੀਆ ਮੈਂ ਪੜਦਾ ਬਾਪੂ ਜੀ ਆ ਜਿਹੜੇ ਉਹ ਤੀਰਿਆ ਤੂੰ ਪੜ ਕੇ ਡੀਸੀ ਲੱਗਣਾ ਕੰਮ ਕਾਰ ਨਾ ਕਰੀ ਸਾਲਿਆਂ ਦੇ ਹੱਡ ਹਰਾਮੀ ਹੋਏ ਹੋਏ ਨੇ ਪੁੱਤ ਮੈਂ ਤੈਨੂੰ ਸਾਰੀ ਰਾਤ ਡੀਕਦਾ ਰਿਹਾ ਤੂੰ ਕਿੱਥੇ ਸੀ ਸੇਰਿਆ ਸ਼ਮਸ਼ੇਰ ਬ੍ਰਾਂਡ ਆ ਮੈਂ ਦੁੱਧ ਚੁੰਗਦਾ ਜਵਾਕ ਨਹੀਂ ਨਾਲੇ ਜ਼ਰੂਰੀ ਨਹੀਂ ਮੇਰੀ ਹਰ ਗੱਲ ਦਾ ਤੁਹਾਨੂੰ ਪਤਾ ਹੋਵੇ ਪਿੰਕੀਏ ਓ ਪਿੰਕੀਏ ਡੈਡ ਪਿੰਕੂ ਨਾ ਆਇਆ ਮੇਰਾ ਬਾਪ ਆ ਤੇਰਾ ਕੁਛ ਵੀ ਕਹਿ ਸਕਦਾ ਓ ਤੂੰ ਕਾਲਜ ਨਹੀਂ ਗਿਆ ਅੱਜ ਡੈਡ ਪਾਰਟੀ ਸੀ ਰਾਤੀ ਮੇਰੇ ਫਰੈਂਡ ਦੀ ਉੱਥੇ ਗਿਆ ਸੀਗਾ ਅਤੇ ਘਰ ਆਉਂਦੇ ਦਾਦਾ ਜੀ ਨੇ ਕਿੱਥੇ ਗਿਆ ਸੀਗਾ ਕਿਹਨੂੰ ਮਿਲ ਕੇ ਆਇਆ ਕਦੋਂ ਆਇਆ ਡੈਡ ਕਿੱਥੇ ਤੇਰਾ ਉਹ ਬੁੱਢਿਆਂ ਦੇ ਸੁਭਾਅ ਹੀ ਇਹੋ ਜਿਹੇ ਹੁੰਦੇ ਨੇ ਹੁਣ ਕੀ ਪ੍ਰੋਗਰਾਮ ਹੈ ਤੇਰਾ ਕਾਲਜ ਜਾਣਾ ਡੈਡ ਓਏ ਕਾਲਜ ਨੇ ਕਿਹੜੇ ਨੋਟ ਤੇ ਦੇਣੇ ਨੇ ਤੂੰ ਤਿਆਰ ਹੋ ਅੱਜ ਡਿਲੀਵਰੀ ਦੇਣੀ ਇੱਕ ਓਕੇ ਓ ਮੰਨਤ ਕਿੱਥੇ ਕਾਲਜ ਗਈ ਡੈਡ ਮੰਤ ਉਹ ਜਾਗਦੀਆਂ ਕਿ ਸੌਂ ਗਈ ਹੈ ਤੇਰੇ ਚੱਕਰਾਂ 'ਚ ਤੇ ਮੈਂ ਸੌਣ ਵੇਲੇ ਵੀ ਨਹੀਂ ਸੌਂਦੀ ਓਏ ਹੋਏ ਹੋਏ ਸਿਰਾ ਡਲ ਮਾਰਿਆ ਬਈ ਕੀ ਆਸ ਸੀ ਤੂੰ ਤਾਂ ਹਰ ਦੂਜੇ ਦਿਨ ਇੱਥੇ ਲੈ ਕੇ ਆ ਜਾਂਦਾ ਉਹ ਕਮਲੀਏ ਸ਼ਦੈਣੇ ਇਸ਼ਕ ਦੀ ਫਿਲਮ 'ਚ ਨਾ ਕੁਛ ਕਲਕੇਸ਼ਨ ਨਾ ਬਾਰ ਬਾਰ ਰਿਪੀਟ ਹੁੰਦੇ ਨੇ ਤੈਨੂੰ ਉਹ ਨਹੀਂ ਪਤਾ ਬਹੁਤਾ ਹੀਰੋ ਨਾ ਬਣ ਜਿੱਦਣ ਡੈਡੀ ਆ ਪਿੰਕੂ ਨੂੰ ਪਤਾ ਲੱਗ ਗਿਆ ਨਾ ਕਿ ਮੈਂ ਕਾਲਜ ਬੰਕ ਕਰਕੇ ਇੱਥੇ ਤੈਨੂੰ ਮਿਲਦੀ ਆ ਇੱਥੇ ਹੀ ਦੀ ਐਂਡ ਕਰ ਦੇਣਾ ਦੋਹਾਂ ਦੀ ਫਿਲਮ ਦਾ ਉਹ ਯਾਰ ਤੂੰ ਹਾਰਟ ਬਾਏ ਹਾਰਟ ਗੱਲਾਂ ਕਰਨਾ ਆ ਕਿ ਹਾਰਟ ਅਟੈਕ ਦੇਣ ਆਈ ਆ ਨਾਲੇ ਮੈਂ ਤੇਰੇ ਬਾਪੂ ਦਾ ਪਰਸਨਲ ਜਵਾਈ ਆ ਓਕੇ ਹੈ ਨਹੀਂ ਸੀ ਆਪਣੀ ਮੰਗਣੀ ਟੁੱਟ ਚੁੱਕੀ ਆ ਜੇ ਬਹੁਤੇ ਚਾਹ ਨਾ ਵਿਆਹ ਕਰਾਉਣ ਦਾ ਤਾਂ ਕੁਛ ਬਣ ਕੇ ਵਿਖਾ ਯਾਰ ਹੁਣ ਮੈਂ ਜਹਾਜ਼ ਬਣ ਜਾ ਗੱਲ ਚੱਲ ਤਾਂ ਰਹੀ ਹੈ ਮੇਰੀ ਦੋ ਤਿੰਨ ਕੰਪਨੀਆਂ ਨਾਲ ਆਜੂਗੀ ਮੇਰੀ ਸੀ ਡੀ ਫਿਰ ਦੇਖੀ ਆਸੀ ਸੋਹੀ ਆਸੀ ਸੋਹੀ ਹੁੰਦੀ ਪ੍ਰੋਗਰਾਮ ਹੀ ਪ੍ਰੋਗਰਾਮ ਹੋਣੇ ਫਿਰ ਦੇਖੀ ਜਾਈ ਤੂੰ ਕਰਾਂ ਫਿਰ ਤਾਂ ਤੇਰੇ ਕੋਲ ਕਿੰਨੇ ਸਾਰੇ ਪੈਸੇ ਆ ਜਾਣਗੇ ਨਾ ਹੋਰ ਫਿਰ ਤਾਂ ਆਪਾਂ ਬਾਪੂ ਦਾ ਸਾਰਾ ਕਰਜ਼ਾ ਲਾ ਦੇਣਾ ਯਾਰ ਫਿਰ ਤਾਂ ਤੂੰ ਮੇਰੇ ਡੈਡੀ ਨੂੰ ਵੀ ਰਿਸ਼ਤੇ ਲਈ ਮਨਾ ਲੇਗਾ ਆਹੋ ਆਪਣੇ ਬੱਚੇ ਕਸੌਲੀ ਪੜਨ ਪਾਵਾਂਗੇ ਪੱਕੀ ਗੱਲ ਹੈ ਅੱਛਾ ਜੀ ਯੱਟ ਦਿਆਂ ਰੀਸਾਂ ਮਸ਼ਕਰੀਆਂ ਕਰਦੀਆਂ ਓਏ ਐ ਨਹੀਂ ਹੋਣੀਆਂ ਬੱਗੀ ਏ ਕਾਪੀ ਕਰਨਾ ਜੱਟੀ ਨੂੰ ਵੀ ਸਿਖਾਲਾ ਨਹੀਂ ਓ ਮੇਰੀ ਮਨ ਤੇ ਪਸ ਕਰ ਯਾਰ ਐਵੇਂ ਫਰੌਂਟੀ ਹੋਈਆਂ ਮਰੀ ਜਾਣੀਆਂ ਜਦ ਤੇਰੇ ਪਿੰਡ ਗੇੜੀ ਲਾਉਣ ਆਈਦਾ ਜਦ ਤਾਂ ਤੂੰ ਘਰੋਂ ਬਾਹਰ ਨਹੀਂ ਨਿਕਲਦੀ ਤੂੰ ਕਰਦੇ ਅੱਗੇ ਗੇੜੀ ਮਾਰਨ ਨਾ ਆਇਆ ਕਰ ਇੱਥੇ ਤੱਕ ਲਾ ਲੈ ਤੇ ਫਿਰ ਐਂ ਕਰੀ ਹੁਣ ਕਰਾਂ ਅੱਖਾਂ ਦਾ ਸ਼ਟਰ ਨਾ ਖੱਲਾ ਹੀ ਰੱਖੀ ਲਾਊਂਗਾ ਦੋ ਘੰਟੇ ਤਾਂ ਲਾਜਮਾਂ ਦੇ ਨਾਲ ਲੌਂਗ ਦਾ ਬੰਦ ਨਹੀਂ ਲਾਈਦਾ ਇਹਨਾਂ ਨੇ ਕਿਹੜਾ ਕੱਦੂ ਕਰਨ ਜਾ ਕੇ ਇਹਦੇ ਨਾਲ ਬੈਂਕ ਜੀ ਖੜਾਉਣਾ ਗੁੱਸਾ ਨਾ ਕਰੀ ਗੱਲ ਦਾ ਇੱਕ ਓਏ ਐਂ ਕਿਵੇਂ ਲੈ ਜਾਣਗੇ ਮੇਰਾ ਡਾਇਰੈਕਟਰ ਇਹਨਾਂ ਦੀ ਬੈਂਕ ਵਾਲਿਆਂ ਦੀ ਚੁੱਪ ਕਰ ਜਾ ਉਹੀ ਬੋਲੀ ਜਾਣਾ ਆ ਸੋਹੀ ਦਾ ਮੁੰਡਾ ਹੈ ਆਸੀ ਚਲੋ ਮੁੰਡਾ ਆ ਗਿਆ ਹੁਣ ਕੋਈ ਢੰਗ ਦੀ ਗੱਲ ਤਾਂ ਕਰੂ ਕੀ ਗੰਦ ਪਾਇਆ ਗੁਪਤੇ ਤੀਰੇ ਕਿਤੇ ਚੱਕ ਕੇ ਮੂੰਹ ਆ ਜਾਂਦੇ ਹੋ ਸਾਰੇ ਕਰਜ਼ੇ ਲਿਆ ਬੈਂਕ ਤੋਂ ਕੋਈ ਮੁੱਲ ਦਾ ਹੀ ਲੈਣਾ ਸਾਨੂੰ ਬੈਂਕ ਨੇ ਉਹ ਗੱਲ ਸੁਣ ਸੰਧੂਆ ਜੇ ਡਾਇਰੈਕਟਰ ਕਨੀ ਚੱਕ ਕੇ ਮੈਂ ਗੱਟੇ ਵੜ ਦੂੰ ਸਾਲੇ ਦੇ ਤਮੀਜ਼ ਨਾਲ ਗੱਲ ਕਰ ਕਾਕਾ ਨਾਮ ਆ ਗਿਆ ਪਾਲ ਤੇ ਗੱਲਾਂ ਹੁਕਮ ਠੋਕ ਸਿੰਘ ਵਾਲੀਆਂ ਚਲੋ ਗੁਪਤਾ ਸਾਹਿਬ ਮਾਰੋ ਸੈਲਫ ਡਾਇਰੈਕਟਰ ਨੂੰ ਸੂਬੇਦਾਰ ਸਾਹਿਬ ਗੱਲ ਕਰੋ ਨਾ ਬੈਂਕ ਵਾਲਿਆਂ ਭਾਈ ਸਾਹਿਬ ਮੋਤਬਰ ਬੰਦਿਆਂ ਦੀ ਵੀ ਗੱਲ ਸੁਣ ਲਓ ਇਹਨਾਂ ਨੂੰ ਹਫਤੇ ਦੀ ਮੌਲਤ ਹੋਰ ਦੇ ਦਿਓ ਲੜਕਾ ਤਾਂ ਹਲੇ ਨਿਆਣਾ ਹੈ ਲੈ ਮੈਂ ਤਾਂ ਲਵਾ ਦੂੰ ਝੋਟੇ ਦੀਆਂ ਗੋਟਣੀਆਂ ਮੈਂ ਕਿਹੜੇ ਪਾਸੋਂ ਨਿਆਣਾ ਓਏ ਓਏ ਸੂਬੇਦਾਰਾ ਮੇਰਾ ਪੁੱਤ ਗੱਭਰੂ ਹੈ ਨਿਆਣਿਆਂ ਨੂੰ ਕਿਤੇ ਗਾਏ ਭੀਮ ਨੂੰ ਕੀ ਜੋਗੇ ਦਾ ਦੇਖੋ ਜੀ ਅਸੀਂ ਹੈਗੇ ਸਰਕਾਰੀ ਨੌਕਰ ਸਾਨੂੰ ਤਾਂ ਜਿਵੇਂ ਆਰਡਰ ਹੋਇਆ ਉਵੇਂ ਹੀ ਕਰਨਾ ਨਾਲੇ ਸਾਡਾ ਕਿਹੜਾ ਦਿਲ ਕਰਦਾ ਵੀ ਅਸੀਂ ਕਿਸੇ ਦੀ ਚੀਜ਼ ਚੱਕ ਕੇ ਲੈ ਜਾਈਏ ਓਏ ਚੀਜ਼ ਨੂੰ ਗਾਏ ਟੋਫੀਆ ਹੈ ਟਰੈਕਟਰ ਹੈ ਟਰੈਕਟਰ ਜੱਟਦਾ ਓ ਜੱਟ ਮਰਦਾ ਮਰਦੂ ਟਰੈਕਟਰ ਨਹੀਂ ਜਾਣ ਦਿੰਦਾ ਮਰਦੂ ਨਹੀਂ ਪੁੱਤ ਮਾਰ ਦੂੰ ਇੱਕ ਤੇ ਬੈਜੂ ਬਾਬੂਆਂ ਦੇ ਸੋਹੀ ਸਾਹਿਬ ਇਹ ਮਾਮਲਾ ਕੋਈ ਸ਼ਰੀਕੇ ਦੀ ਲਾਗ ਡਾਟ ਜਾਂ ਜ਼ਿੱਦ ਦਾ ਨਹੀਂ ਹੈ ਦੇਖੋ ਸਰਕਾਰ ਦੇ ਪੈਸੇ ਤਾਂ ਮੋੜਨੇ ਹੀ ਪੈਣੇ ਦੇਖੋ ਮਰਜ਼ੀ ਦੀ ਗੱਲ ਇੱਕ ਮਿੰਟ ਮਿੰਤ ਵਾਲੀ ਗੱਲ ਹੈ ਸੋਹੀ ਸਾਹਿਬ ਜਾਂ ਤਾਂ ਸਾਨੂੰ ਪਿੰਡ ਵਾਲਿਆਂ ਨੂੰ ਗੱਲ ਕਰ ਲੈਂਦੋ ਜਾਂ ਫਿਰ ਤੁਸੀਂ ਦੋਏ ਗੱਲ ਕਰ ਲਓ ਦੇਖੋ ਜੀ ਬੇਨਤੀ ਹੈ ਕਿ ਅਸੀਂ ਤੁਹਾਨੂੰ ਡਿਊਟੀ ਕਰਨ ਤੋਂ ਨਹੀਂ ਰੋਕ ਸਕਦੇ ਮਾਸਟਰ ਜੀ ਇਹ ਮਰੰਗ ਚਿੱਠੀਆਂ ਨੇ ਇਹਨਾਂ 'ਤੇ ਮੋਹਰਾਂ ਲਾਉਣ ਦਾ ਕੋਈ ਫਾਇਦਾ ਨਹੀਂ ਹੱਥ ਜੋੜ ਕੇ ਇੱਕ ਬੇਨਤੀ ਕਰਦੇ ਹਾਂ ਜੀ ਅਸੀਂ ਜੇ ਕੁਛ ਲਿਹਾਜ਼ ਹੋ ਸਕਦਾ
ते बस साडा पिंड वालों दा ही मान रख लो जी। तुहाडी गल बिल्कुल ठीक है, पर बंदे नूं बोलण दी तमीज तां होनी चाहीदी है ना। चलो जे ये इस वेले बुरे तरीके नाल गल कर रहे ने, तुसी घट्टो घट इन्हां दा भला कर दिओ जी। फरीदा बुरे दा भला कर, गुस्सा मन ना हंडाए, देही रोग न लग गई, पल्ले सब किछ पाए। ठीक है जिवें तुसी कहने कर लैने, पर मैं एक गल दसदा, असी एक हफ्ते की मोहलत दिने, जे साडियां किस्तां ना पहुंचियां ਤਾਂ ਅਸੀਂ ਟਰੈਕਟਰ ਚੱਕ ਕੇ ਲੈ ਜਾਾਂਗੇ। ਚਲੋ ਸੰਧੂ ਸਾਹਿਬ, ਚਲੋ ਬਹੁਤ ਤੂੰ ਐ ਕਰੀ ਓਏ, ਬੜੀ ਮਿਹਰ, ਹਫਤੇ ਬਾਅਦ ਹੀ 4 ਮਹੀਨੇ ਬਾਅਦ ਆ ਜੀ, ਜੱਟ ਦਾ ਸਟੈਂਡ ਇਹੀ ਰਹੂਗਾ। ਸੋਈ ਸਾਹਿਬ, ਜੱਟ ਦਾ ਸਟੈਂਡ ਤਾਂ ਚਾਹੇ ਉਹੀ ਰਹੇ, ਪਰ ਟਰੈਕਟਰ ਦਾ ਸਟੈਂਡ ਤਾਂ ਹੁਣ ਬੈਂਕ 'ਚ ਹੀ ਲੱਗੂ, ਭਾਵੇਂ ਗੁੱਸਾ ਹੀ ਕਰ ਜੀ ਉਹ ਗੱਲ ਦਾ। ਬੋਦੀ ਮਰ ਜਾਏਗਾ ਮੇਰੇ ਹੱਥੋਂ। ਬਿੰਦਰ ਭੈਣ। ਹਾਂਜੀ ਵੀਰੇ। ਭੈਣੇ ਤੁਸੀਂ ਚਾਹ ਬਹੁਤ ਸਵਾਦ ਬਣਾਉਂਦੇ ਹੋ। फिर नहीं, मैं तो ही दस्या है भाई, चाह बहुत स्वाद बनाउने हो तुसी। चाह तो मैं बना दिनी हां वीरे, पर तुसी चाह कट पिया करो, एदे नाल तो तुसी पानी गर्म करके पी लिया करो ना। चाह तो मैं बना दिनी हां, पर तुसी इनी चाह ना पिया करो, एदे नाल तो पानी गर्म करके पी लिया करो ना। वे तू के हुक्म चाढ़दा रहना इनू, ए तो पहले नहीं आराम ना बहिंदी। बाणी मैं तैनू किन्ने वारी कहा ना, तू आ कपड़े कुपड़े धोण दा काम ना करिया कर, पोते दी दादी बनाउणा तू मैनू, पोते दी आ मेरी धी आराम कर ले। मैं ता पोते दा नां भी सोच रख्या, कुलतार रखूं कुल नूं तारू, पीर दी सुख सुखी है ते डेरे वाले साथ दे भी लंगर करना सुख के आई हां। पी जी बच्चा जो भी होवे कुदरत दी देन, बच्चा ते बच्चा ही है ना। कुदरत दी ऐसी दी तैसी, जमणा दा तू है ना, ना मैं नहीं जम्मे दो शेरां वरगे। कुड़ी बारे तो मैं सोचा ही नहीं सी, सोचे भी मुंडे तो जम्मे भी मुंडे। बे तू की झाकदा कोठे ते खड़ा, पापा तो तुर गया तेरा पोते नू तरसदा, पर मैं नहीं मरना पोता खड़ाए बिना। कह दे इनू, बोल गुरमुखा बोल। गुरमुखा, ओ गुरमुखा, किथे दी टिकट कटाई हुई है, चा उपर आएगा तू थले आएगा। मैं आना जी, नाले आज दी रोटी भी साडे वाली खाली, बिंदर ने साग तरिया है जी। नाले बाबे दी बाणी दे लड़ किन्ने के बजे लगना है? बाणी दा लड़ ते हुण कदे छड्डिया ही नहीं जाना जी। है की कहा? मैं क्या जी, मैं खा लांगा जी। सतनाम वाहेगुरु, सतनाम वाहेगुरु। लिखदा केड़ा है, केड़ा मेरी जान दा दुश्मन। ओए लॉटरी, ए चिट्ठी तेनू नहीं आई? ना, किसी दी चिट्ठी पढ़ना बेईमानी। भाई पोंग, तुसी दसो हुण की करां मैं। है सौं जा। है जी सौं जा। ठीक है ठीक है जी, गुड नाइट। सतनाम वाहेगुरु, पता नहीं कौन लिखदा चिट्ठी ना। ओए लॉटरी सौ जा, नहीं तो मैं थल्ले आके तौड़ी ला देनी है। सॉरी भाई। आ गुरमुख पहला ट्रांसपोर्ट महकमे च काम करदा ही। क्यों की होया? आ वेखो ना, कदे ट्रेन बन जांदा, कदे बस बन जांदा। वैसे नीतू मैडम ये है की भुल्लर सर, मेनू तो यह जमा ही मेंटल लगता। सर जी हुण दा सौदा पत्ता वध लगण लग गया, जदों दे नवे सार आए ने जवाकां दी हाजरी भी वध गई, हुण ना तुसी चौला चौला च कुंडी घट लाया करो जी। ते इत्थों हौली नहीं बोल हुंदा, कुंडी घट लाया करो, कुंडी घट लाया करो। मैडम मैं 2 मिनट तक चौक ते जाके आया, बस मैं क्या ते आया, तुसी जद तक ट्रेन नूं झंडी दिओ कुंडी ना लाया करो। चलो जी हुण तां रोटी खाण वाले आउणगे जी। बस बस बस, स्टॉप 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 स्टॉप। अच्छा बच्चियो, कल मैनूं पता ऐतवार है, ठीक है ना, छुट्टी तो देना है, पर तुसी सारे ने कुछ घंटे कढ़ने हैं बगीचे वास्ते, आओगे सारे? असी नहीं आना सर जी। क्यों? कल्लाले साहब दा मेला है सर जी। फिर सारा पिंड ही जांदा है सर जी। अच्छा सारा पिंड जांदा है? हां जी। फिर तुसी क्यों नहीं जाना, तुसी भी जाओ सारे। थैंक यू सर जी। सर मैं आ जाऊंगा जी स्कूले। क्यों पुत, तू नहीं जाना मेले? ए किदे नाल जाऊंगा सर जी, एदी मम्मी तो चुप-चुप जी रहंदी है, ते इहदा डैडी इहनां छड्ड के भज गया। नहीं बजे डैडी मेरे, नहीं बजे।
मेरी मम्मी कहती है मेरा डैडी पक्का होगा मेरा डैडी। जी तुसी भी देख लियो पक्का होगा मेरा डैडी। जाओ बच्चे। नानक निर्गुण गुण करे गुणवंतियां गुण दे। बाणी। हां जी। तू सारा दिन बाणी पढ़ती पढ़ती अखती नहीं। गुरमुख जी जेड़े कारज तो इन्नी खुशी ते सुकून मिलदा होवे ओ ता अकेवें ते थकेवें नूं नेड़े नहीं लगन दिंदा। तुसी वेख्यो जिस दिन थोनू बाणी दा ज्ञान हो गया ना उस दिन बहुत सारे सवाल हल हो जाने। अच्छा जी। हां जी हां। ना जी ना। सवाल ता उदे हल होणगे जदों पोता हो। अज ही दोनों जने शहर जाओ ते टेस्ट करवा के आओ। डॉक्टर ने ना सारी गल हो गई है। टेस्ट ता हो ही हो। जे कुड़ी होई ता सफाई भी हो। बेबी। ना 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 ना। बोलना नहीं सिर्फ समझना ते अमल करना। समझ गए दोवे जी? बेबी। 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 मास्टर जी, मास्टर जी। हाँ जी, हाँ जी। क्या बात? सुख तो है? हाँ जी, सुख है जी। इधर आओ, आओ इधर, बैठो। माफी चाहना सूबेदार साहब, पता नहीं अपने केड़े ख्यालां दे वहना च बह गया सी, तुहानू सुन ही नहीं सकिया। मास्टर जी, कई गल्लां कई दुख घटनावां इह जिहियां हुंदियां है जो बंदे तो उहदा आपा खोल लैंदियां है। इह मेरी बेटी बिंदर किसी टाइम चुप ही नहीं सी रहिंदी। मैं उहनूं रेडियो कहिंदा हुंदा सीगा। हुण देख लो हालात ने ऐसा म्यूट दा बटन दबिया है कि मेरी बेटी मिट्टी दी गुड्डी बन के रह गई है। सुखी बिंदर दे घर आला जदों इराक गया है बहुत खुश सी। तीसरे दिन उहदा फोन आ जाना बड़ी खुशी दे दिन निकले। हो अज आंदा है कल आंदा है कहिंदे ने कई साल लगाते पर वो आया नहीं मुड़ के। हुण तां 10 महीने हो गए हैं ना उहदा कोई फोन आया ना कोई चिट्ठी पत्र। कोई कहिंदा है ओ अमेरिका नूं निकल गया है। कोई कहिंदा है इराक च अतवादी ने। पता ही नहीं लगदा समझ ही नहीं पैंदी। सूबेदार साहब घबराहट तां हुंदी है फिर बंदे नूं कुछ माड़ा सोच के। बरखुरदार फौजी हाँ। घबराहट तक कदे कातर दी जंग च नहीं हुई मैनू जिथे ए सीना छली हो सकता सी। धी दा बिना कलेजा बर्दाश्त नहीं होंदा मैं तो। बिंदर मेरे सामने तो चुप चुप जी रहती है पर मैं जानता है कि जिन्नी वो शांत दिसदी है उन्नी है नहीं। मास्टर जी मैं प्यो है उदा जानता है सब कुछ कि वे लुक लुक रोंदी है वो। सुखी सुखी मुक गया हूं रब दा पाड़े मैं तो खबरदाश्त नहीं होना मेरी थी तो। बड़ा प्यार करती है सुखी। सुखदार साहब
ਤੁਸੀਂ ਇਦਾਂ ਕਰਦੇ ਚੰਗੇ ਨਹੀਂ ਲੱਗਦੇ। ਨਾਨਕ ਚਿੰਤਾ ਮਤ ਕਰੋ, ਚਿੰਤਾ ਤਿਸ ਹੀ ਹੈ ਜਲ ਮੈਂ ਜੰਤ ਉਪਾਇਨ ਤਿਨਾ ਵੀ ਰੋਜ਼ੀ ਦੇ। ਪਾਪਾ ਛੜਾ ਸੀ ਜੀ, ਰੱਬ ਨੇ ਨਿਆਣਾ ਦੇ ਕੇ ਲਾਟਰੀ ਕੱਢਤੀ ਮੁਫ਼ਤੋ ਮੁਫ਼ਤੀ ਤੇ ਨਾ ਧਰਤਾ ਲਾਟਰੀ। ਹੁਣ ਦੱਸੋ ਤੂੰ ਮਾੜੀ ਕਿਸਮਤ ਕਿਹਦੀ ਹੋਊਗੀ, ਜਿਹਨੂੰ ਆਈ ਨੀ ਪਤਾ ਵੀ ਉਹਦਾ ਧਰਮ ਕੀ ਹੈ, ਗੋਦ ਕੀ ਹੈ, ਜਾਤ ਕੀ ਹੈ। ਲਾਟਰੀ ਤੇਰੀ ਜਾਤ ਤਾਂ ਫਿਰ ਸਭ ਤੋਂ ਵਧੀਆ ਕਿਹੜੀ? ਮਾਨਸ, ਕਿਉਂਕਿ ਗੁਰੂ ਨਾਨਕ ਦੇ ਅਸਲੀ ਸਿੱਖ ਦੀ ਜਾਤ ਤਾਂ ਇਹੀ ਹੁੰਦੀ ਹੈ, ਮਾਨਸ ਕੀ ਜਾਤ ਸਭ ਹੈ ਏਕੇ ਪਹਿਚਾਨ। ਲਾਟਰੀ ਤੂੰ ਇਸ ਗੱਲ ਤੇ ਜੋ ਰੋਣਾ ਹੈ ਭਈ ਤੈਨੂੰ ਕੋਈ ਕੂੜੇ 'ਚ ਸਿੱਟ ਗਿਆ ਸੀ, ਤੂੰ ਇਸ ਗੱਲ ਤੇ ਰੱਬ ਦਾ ਸ਼ੁਕਰ ਕਿਉਂ ਨਹੀਂ ਮਨਾਉਂਦਾ ਭਈ ਤੈਨੂੰ ਕੂੜੇ 'ਚ ਕੋਈ ਚੱਕ ਲਿਆ ਸੀ? ਰੱਬ ਤਾਂ ਕਿਤੇ ਮੈਨੂੰ ਟੱਕਰ ਦੇ ਨਾ ਕੱਲੇ ਨੂੰ, ਫਿਰ ਪੁੱਛਾਂ ਉਹਦੀ ਜਾਤ ਕੀ ਹੈ। ਬੈਂਕਾਂ ਵਾਲੇ ਜਮ ਤੂੰ ਤੁਹਾਨੂੰ ਪਿੱਛੇ ਲਾ ਛੱਡੇ ਨੇ, ਨਾ ਕੋਈ ਗੱਲ ਨਾ ਬਾਤ। ਗੱਲਬਾਤ ਕਿਉਂ ਨਹੀਂ ਸੋਹੀ ਸਾ? ਕਿਹਨੇ ਕਿਹਾ ਸੀ ਲੜਕੀ ਦੀ ਸ਼ਾਦੀ ਤੇ ਆਪਾਂ ਅੱਡੀਆਂ ਚੱਕ ਕੇ ਫਾਹਾ ਲਈਏ? ਕਿਉਂ ਇੰਨਾ ਕਰਜ਼ਾ ਚੱਕਿਆ? ਇਹ ਦੋ ਤਰ੍ਹਾਂ ਦੇ ਬੰਦੇ ਜ਼ਿੰਦਗੀ 'ਚ ਜ਼ਰੂਰ ਮਾਰ ਖਾਂਦੇ ਨੇ, ਇੱਕ ਤਾਂ ਜਿਹੜੇ ਸਿਰਫ ਸੋਚਦੇ ਆ ਔਰ ਕਰਦੇ ਕੁਛ ਨਹੀਂ, ਔਰ ਇੱਕ ਜਿਹੜੇ ਕਰਕੇ ਸੋਚਦੇ ਆ ਭਈ ਆਹ ਮੈਂ ਕੀ ਕੀਤਾ। ਮਾਸਟਰ, ਹੁਣ ਮੈਂ ਤੂੰ ਗਲਾਵੇਂ ਜਿੱਤ ਨਾ ਪਵਾ ਲਈ, ਜੇ ਤੇਰੇ ਸਿਰ ਤੇ ਮੇਰੇ ਵਾਂਗੂ ਕਰਜ਼ੇ ਦੀ ਪੰਡ ਹੁੰਦੀ ਨਾ ਫਿਰ ਆਹ ਲੈਕਚਰ ਝਾੜਦਾ ਮਾਸਟਰੀ ਵਾਲਾ। ਸੋਹੀ ਸਾਹਿਬ, ਪਹਿਲਾਂ ਤਾਂ ਮੈਂ ਸਿਰ ਤੇ ਕਰਜ਼ੇ ਦੀ ਪੰਡ ਚੜਾਉਂਦਾ ਹੀ ਨਾ, ਜੇ ਚੜ ਵੀ ਜਾਂਦੀ ਤੇ ਟਰੈਕਟਰ ਟਰੁਕਟਰ ਦੀ ਪਰਵਾਹ ਨਾ। ਟਰੈਕਟਰ ਨਹੀਂ, ਟਰੈਕਟਰ ਟਰੈਕਟਰ ਹੁੰਦਾ ਹੈ ਜੱਟ ਦੇ ਪੁੱਤ ਵਰਗਾ। ਮਾਫ ਕਰਿਓ ਸੋਹੀ ਸਾਹਿਬ, ਪੁੱਤ ਤਾਂ ਰੱਬ ਨੇ ਤੁਹਾਨੂੰ ਇੱਕੋ ਹੀ ਦਿੱਤਾ ਹੈ, ਔਰ ਉਹਦਾ ਨਾਂ ਹੈ ਆਸੀ। ਜਿਹੜਾ ਜ਼ੋਰ ਲਾਉਣਾ ਨਾ ਉਹਨੂੰ ਬੰਦਾ ਬਣਾਉਣ 'ਤੇ ਲਾਓ। ਪਾਣੀਆਂ ਨੂੰ ਗੰਦਲੇ ਕਹਿਣ ਤੋਂ ਪਹਿਲਾਂ ਆਪਣੇ ਹੱਥਾਂ ਦੀ ਮੈਲ ਵੱਲ ਜ਼ਰੂਰ ਝਾਕ ਲੈਣਾ ਚਾਹੀਦਾ। ਜ਼ਖਮ ਦੀ ਦਵਾਈ ਲੱਭੀ ਦੀ ਹੈ ਸੋਹੀ ਸਾਹਿਬ, ਐਂ ਜ਼ਖਮ ਦੀ ਨੁਮਾਇਸ਼ ਲਾ ਕੇ ਲੋਕਾਂ ਤੋਂ ਤਰਸ ਨਹੀਂ ਇਕੱਠਾ ਕਰੀਦਾ। ਜਿਹਨੇ ਚੁੰਝ ਦਿੱਤੀ ਹੈ ਨਾ ਚੋਗ ਤਾਂ ਉਹ ਦੇ ਹੀ ਦਿੰਦਾ। ਇੱਦਾਂ ਠੇਕਿਆਂ 'ਤੇ ਬਹਿ ਕੇ ਦਾਰੂ ਪੀ ਕੇ ਆਪਣੇ ਦੁੱਖਾਂ ਦੇ ਕੀਰਨੇ ਪਾਉਣਾ ਕੋਈ ਮਰਦਾਂ ਦਾ ਕੰਮ ਨਹੀਂ ਹੁੰਦਾ। ਜੇ ਮੈਂ ਕੋਈ ਵੱਧ ਘੱਟ ਕਹਿ ਗਈ ਜੀ ਤਾਂ ਮੈਨੂੰ ਮਾਫ਼ ਕਰ ਦਿਓ। ਮਾਫ਼ ਮੂਫ ਨਹੀਂ ਕਰਦਾ ਕਿਸੇ ਨੂੰ, ਅੱਜ ਫਿਰ ਕਿਸੇ ਦਾ ਬੇੜਾ ਬੈਠਾ। ਉਹ ਮੇਰੀ ਲੋਈ ਸਮੇਤ ਕੋ ਸਕੂਟਰ ਚੱਕ ਕੇ ਲੈ ਗਿਆ। ਕੌਣ ਲੈ ਗਿਆ? ਕੇ ਖਿਲਾ ਰਿਹਾ ਸੀ ਵੀ ਕੋਈ ਚੋਰੀ ਨਾ ਕਰ ਲੈ। ਉਹ ਕਿਹੜਾ ਕਰਕੇ ਲੈ ਗਿਆ ਚੋਰੀ? ਉਹ ਮੇਰੇ ਮੇਰੇ ਹੁੰਦਿਆਂ ਤੇਰੇ ਤੇਰੇ ਭਰਾ ਦੇ ਹੁੰਦਿਆਂ ਕਿਹੜਾ ਲੈ ਗਿਆ? ਮੈਂ ਲੱਭ ਕੇ ਦੇਊਂ ਤੇਰਾ ਵੀਰ, ਸੱਚਾ ਵੀਰ ਸੱਚੇ, ਪਰ ਰੁਪਿਆ 200 ਲੱਗੂ। ਹੈਂਗਰ ਜ਼ਿੰਦਾਬਾਦ ਨਹੀਂ, ਹੈਂਗਰ ਮੁਰਦਾਬਾਦ। ਕਿਉਂਕਿ ਹੈਂਗਰ ਔਰ ਲਾਟਰੀ ਹੈ ਜਿਹੜੇ ਰੋਜ਼ ਤੈਨੂੰ ਮਿਲ ਕੇ ਮੂਰਖ ਬਣਾਉਂਦੇ ਆ। ਇਹ ਆਪ ਹੀ ਤੇਰੀਆਂ ਚੀਜ਼ਾਂ ਪਹਿਲਾਂ ਲੁਕਾਉਂਦੇ ਆ, ਫਿਰ ਉਹੀ ਲਭਾਉਣ ਦੇ ਤੇਰੇ ਤੋਂ ਪੈਸੇ ਲੈਂਦੇ ਆ, ਔਰ ਪਿੱਛੇ ਖੜਿਆ ਸਕੂਟਰ ਤੇਰਾ। ਠੀਕ ਹੈ, ਅੱਜ ਤੋਂ ਬਾਅਦ ਜ਼ਿੰਦਾਬਾਦ ਨਹੀਂ, ਹੈਂਗਰ ਤੇ ਲਾਟਰੀ ਮੁਰਦਾਬਾਦ। ਉਹ ਸੌਰੀ ਯਾਰ, ਸੌਰੀ। ਗੁਰਮੁਖ ਸਰ ਨਾ ਮੇਲੇ ਤੇ ਚੱਲੇ ਆ, ਮੈਂ ਉਹਨਾਂ ਨਾਲ ਚਲਾ ਜਾਵਾਂ। ਉਹ ਬੋਲੋ ਮਹਾਰਾਜ ਕੁਛ। ਤੇਰੀ ਖੁਸ਼ ਲਈ ਤੇ ਮੈਂ ਚਾਹੁੰਦੀ ਹਾਂ। ਅੱਛਾ, ਫਿਰ ਮਿੱਠੂ ਜੜ ਦਾ ਕੁੜਤਾ ਪਜਾਮਾ ਕੱਢ ਦਿਓ, ਮੈਂ ਆਇਆ ਨਹਾ ਕੇ। ਆਜਾ ਆਜਾ ਸਰ ਜੀ, ਤੁਸੀਂ ਧੱਕੇ ਨਾਲ ਜੋਗਿੰਗ ਕਰਾ ਰਹੇ ਹੋ। ਲੈ ਆਪੋ ਤੋਂ 2 ਕਿਲੋਮੀਟਰ ਦੂਰ ਤਾਂ ਮੇਲ ਹੈ ਸਾਰਾ ਆਪਣੇ ਪਿੰਡ ਤੋਂ, ਹਨ 1/2 ਕਿਲੋਮੀਟਰ ਆਪਾਂ ਆ ਵੀ ਗਏ। ਕਿਉਂ ਥੱਕਿਆ ਤੂੰ? ਓਹੋ ਸਰ ਜੀ, ਗੱਲ ਥੱਕਣ ਦੀ ਨਹੀਂ ਆ, ਮਿੱਠੂ ਜੱਟ ਦੀ ਟੌਰ ਖਰਾਬ ਹੁੰਦੀ ਆ ਤੇ ਹਾ ਡਸਟ ਵਾਲਾ ਪਾਊਡਰ ਫ੍ਰੀ ਚ ਮੇਕਅਪ ਕਰੀ ਜਾਂਦਾ, ਸਮਝਿਆ ਕਰੀਦਾ ਨਾ, ਟ੍ਰਾਈ ਟੂ ਅੰਡਰਸਟੈਂਡ। ਤੈਨੂੰ ਗੱਲਾਂ ਬੜੀਆਂ ਆਉਂਦੀਆਂ ਵਾ। ਸਰ ਜੀ ਦੇਖੋ, ਡੈਡੀ ਤਾਂ ਹੁਣ ਸਾਡਾ ਆਉਂਦਾ ਨਹੀਂ, ਜੇ ਗੱਲਾਂ ਨਹੀਂ ਆਉਣਗੀਆਂ ਫਿਰ ਤਾਂ ਜੱਟ ਇਕੱਲੇ ਹੀ ਰਹਿ ਜੂ। ਨਾ ਪੁੱਤ, ਆਜੂ ਡੈਡੀ ਵੀ, ਤੇਰੀ ਗੱਲ ਚੱਲ ਤਾਂ ਰਹੀ ਹੈ ਬਾਬਾ ਜੀ ਨਾਲ, ਹਨਾ? ਸਰ ਜੀ ਬਾਬਾ ਜੀ ਤਾਂ ਨਾ ਹਲੇ ਅਰਦਾਸਾ ਹੀ ਕਰਾ ਰਹੇ ਆ,
वैसे सर जी थोड़े डैडी की कम कर दिया? मेरे डैडी दी ना पुत बाबा जी को पक्की ड्यूटी लगी हुई है। अच्छा एदा मतलब थोड़े डैडी जी दी यस होगी? यस नहीं पुत डेथ होगी उन्होंने डेथ कहते हो। सर जी बैड शब्द आ मैं हजे शब्द ना यूज नहीं करता। वैसे सर जी तुसी अपने डैडी जी नाल मेला देखण जांदे सी? मैं तो पुत मेला ही अपने डैडी जी दे नाल देखण जांदा हुंदा सी। डैडी दे कनेड़े चढ़ के मेला देखण जाना मेला एड्डा वड्डा दिसदा हुंदा सी डैडी दे कनेड़े चढ़ के। उत्थे चंडोल झूटनी उत्थे पकौड़े खाने कुल्फा खाना डैडी जी आ लै दो डैडी जी आ लै दो। तैनूं पता डैड की होया मिठू रुक गया मेले नहीं जाना? सर जी मैं मेला नहीं देखना। क्यों हुन तां मैं मेला कनेड़े चढ़ के देखूं। आ जा पुत मेरा फिर आ जा बह जा कनेड़े आ थोड़े नहीं सर जी आपदे डैडी दे। ए गल मिठू दी पक्की आ कच्ची नहीं। मिठू 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 बाबा जी डैडी तां मेरे हैगे आ ना फिर उन्होंने साढ़े ना मिला दो। मेरी मम्मी चोरी चोरी रोंदी रहती है उन्होंने दूजे बच्चों दी मम्मियां वांग हसन ला दो। नहीं तो देख लो मिठू दी थोड़े ना कट्टी हो जानी आ। रात ना मैं एक सपना वेख्या कि मैं तेरी पग दी पूनी करा रही हां। हाय मेरा बस सिरा फीलिंग फिर भाई फिर की तू मेरी अखा विच देख के पग बन रिया सीगा फिर अखीर ला लड़ ता वाला औखा लग्या हुआ ना मतलब मैं सोचदा हूं भी तेरी अखां च सेट होवा के पग सेट कराना। पता नहीं फिर तू कहण लग पया कि मैं शो ते जाना ते लोकां नु क्या ऑटोग्राफ बाद च लैण। हां फिर जण के मैं स्टार ता फिर बने जाऊंगा फिर लोकी विकास आया करनगे फोटोआं कराउण वाले शोभ करने वाले नाले आ जड़ा अपना जयंती मजरा पिंड ना ये आसी दा पिंड बजया करूगा देखी जाई तू। हले गल्ला ही ने तेनू किसे कंपनी वाले ने बुलाया ता है नी। ओ बुलाया सी यार एक ने कदा गाउना ता तू बहुत वधिया भाई 20 लाख लगू कड देने सीडी फिर की बस कड्डियां गाला साले नु फिर मैं गाला कड्डन नाल अपनी गड्डी ली ते नहीं आउनी। ओ ले ओ ली ते ता आ गई समझो आ कदे फॉर्च्यूनर आ कदे मर्सिडी आ कदे BMW गड्डी तेरे तो और साबी लाओ ये क्लास बाकी भैन की रखड़ी का कर्जा मैं लाना चल। जबान नहीं खोलनी
क्योंकि आज बोलिया होया तेरा एक भी लफ्ज मैनू जलात बना सकता है, क्योंकि मेरी ती हीर दियां बातां नहीं पा सकती। जे ओ सरा तुरी ना ते तैनू ते ओनू इन्ना राह च कितने दफन करके रख दूंगा। और एक गल होर, एक गल मैं तैनू दोबारा नहीं कहनी। डैडे दा कॉलेज खत्म, बहुत हो गया पढ़ाइया, हुण इहनू सिर्फ एक डिग्री मिलो व्याह दी। असी ज्यों दी है मरी नहीं, बाप है मैं उहदा नहीं, दुश्मन है तू साडा भी ते अपने आप दा भी। तेरा ये दो नंबर दा धंधा ते आ जुल्म, खून दे हंजू रुआउ तैनू, पिंड च पूरा इज्जत नहीं रही। ओए मेरे वर्गे सान बंदी इहो जिहा कम कर सकदे ने? तेरे पिंड दी खस्सी जनता सिर्फ गल्लां कर सकती है, ते तू किहड़ियां इज्जत दियां गल्लां करदा है? ओए मेरे व्याह ते पिंड दा पंच नहीं सी सद होया तेतों। जिद्दण तू मरेगा ना सीएम आऊगा, सीएम जदों परछावां कद नालों ते गल्लां औकात नालों वड्डियां होण लग जाण तां समझो सूरज डुब्बण वाली है। धीए एक खूह ते एक आशिक, दोवां दी गहराई दा अंदाजा लाउणा बड़ा औखा हुंदा। सौखा तां इश्क करना भी नहीं। इश्क तां भी डाढा ही औखा। आ तूं ही ते वेख ला इश्क च डेंटिंग पेंटिंग कराई फिरदा कि नहीं, चंगा शिंगारिया अगले ने। जट कनी दा झाक दे भी लोकी पुछ के आ हथ कड़ा ला जू, खिलार के नहीं रख दू। आया वड्डा है देख भी काका, एक तां नशेड़ी उत्तों कुड़ी दे भाई कुट्टिया बहुत बिकर खो के उन्होंने, शुक्र कर भी मैंटलां हथों बच गया तू। गल सुन, जब थोड़ा रिश्ता ही टुट गया थोनू पता भी विआह होना ही नहीं, तो फिर तू तो मन्नत क्यों आ कुंडलियां जी मिलाते फिरदे? यार मैं तो मन्नत एक दूजे जानते भी नहीं सी, बापू उन्होंने ने अपनी यारी दोस्ती के चक्कर साडा विआह पक्का करता, तो जो एक दूजे चाहन लग पे तो कहते रिश्ते जवाब दे दो। हद है यार, रिश्ता तो कितने राह जाते बन जो उत्थे जवाब देना औखा हो जाता, ये तो फिर मोह का रिश्ता यार, ये किवें टुट जू? यदा मतलब इश्क का स्यो खाण का दिल करता हाँ। वो इश्क है कोई डीजे वाला गाना थोड़ी है भी घड़ी क नच ले भुल गए बाद च। पक्की धार रखी है फिर मन्नत नू पाउण दी? आपा तो यार नू ही रब मन्ने बई। ठीक है, बाकी फिर रब मान लैंदा हुंदा। महाराज कहिंदे आ ना, सतगुर होए दयाल ता सरदा पूरी है, सतगुरु होए दयाल ना कब हूं चूरी है, सतगुरु होए दयाल ता दुख ना जानी है, सतगुरु होए दयाल ता हर रंग माणी है। सच्चाई ते कायम रही था बस जवाना, मिलते हैं। जिंदगी च जो भी करना ना पुत, इतों दिल नाल करना, उम्मीद नाल करना, मजबूत इरादे दे नाल करना, पूरे चा नाल करना, क्योंकि कुदरत कई बार नेड़े होके सुनती है। एक बार एक बंदा ना मिट्टी का खड़ौना लैके बह गया, लग पिया उहदियां मिन्नतां करन, सोने का हो जा, सोने का हो जा, सोने का हो जा, सोने का हो जा। शाम नूं जाके अक गया, थक गया, दुखी होके कहिंदा सहुरिया सोने का नहीं होना, तांबे का ही हो जा। उदों किते कुदरत नेड़े होके सुनती सी, झट देनी वह खड़ौना तांबे का हो गया, फिर लग पिया पछताउण मत्थे ते हथ रख के भी आह की कर बैठा मैं, भी मैं तो आही कही जांदा सोने का हो जा, सोने का हो जा, सोने का हो जा, तो हूँ सोने का हो जाना सी। सो दा नुकसान कित्थे होया पुत, जिथे उहदा इरादा ढिला पै गया। ठीक है, सो बच्चो इरादा ढिला नहीं पैणा। वेरी गुड, हुण बाकी क्लास आपां बाहर लाउणी है। ठीक है, चलो 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 चलो। किदा मास्टर जी? बड़ी मेहरबानी सर, तुसी दसो जी। रिटायरमेंट तो बाद किते कोई डेरा डूरा खोलन दा इरादा तां नहीं? स्कूल नूं स्कूल ही रहिंदे हो बाबेओ। आ मैं जरा दो कु मिंट आया, कमेटी दी बोली है, ध्यान रखियो मेरी क्लास दा, बड़ी खप पाउंदे आ, मैं बस गया ते आया।
तेरा लिखिया व्यर्थ नहीं जाऊगा पुत। लाटरी लाटरी तो तेरा छोटा नाम होया, वड्डा नाम की है तेरा? लाटरी। अच्छा ये होए की होया भाई? ओए साडा गोद है ही। अब हैंगर। हाँ जी। तू इसे धरती दे गेड़े दे दे के केड़ियां गिनतियां मिनतियां च पिया? चाह नहीं पियानी अज भाई? ओ पिया दिने आ मास्टर जी, इधर खंड वाला डब्बा गवाच गया। लभ दिने आ पर रुपया 100 लगू। खड़ जा किरो वड्या सप्पा, तेरी मिद सीम। ओ बल्ले हैंगर दा कुत्ता हैंगर नहीं बूं बूं। हुण बड़ा टपदा है, दुख लगे आपदी यारी। देखो जी जदों अपने डंग वजदा तकलीफ तो उदों ही हुंदी है। सप्प। हां जी। दे वी खंड वाला डब्बा हैंगर दा। लै भाई चक डब्बा। अज एक कप नहीं, दो कप चाह दे बना के लिया। ठीक है। हां मतलब? मतलब की मार्डर वार्ड पढ़ा गया अपन, कोई ना अपनी बारी भी आऊ कदे। लाटरी। हाँ जी। हाँ जी। वारी तो तेरी मित्र प्यारिया बहुत सोहनी आने वाली है। क्यों है? वो जिहड़ा सतनाम वाहिगुरु नूं चिट्ठियां लिखदा सी ना, उहदा पता लग गया? ना लग गया नहीं। ना। नहीं नहीं मैं कह रहा कि उहनूं लभ लिया। ना मैं क्यों लभा? नहीं नहीं मैं लाटरी तेनूं इह कह रहा कि मैं उहदा पता ला लिया जिहड़ा सतनाम वाहिगुरु नूं चिट्ठियां लिखदा। कौन कौन? मेरी क्लास की एक बच्ची है ज्योति, वो लिखती है सतनाम वाहिगुरु जी नूं चिट्ठियां। मां गुजर गई सी उहदी, इस पिंड अपने नाने नानी को रहिंदी है। 2 साल तो अपनी चिट्ठियां ते जवाब उड़ीकदी है बेचारी। कमली है गुड़ी, और जेड़ी चिट्ठी पहुंचनी नहीं मास्टर जी, उहदा जवाब कौन कौन लिखूगा? जवाब तो लाटरी उहदा सतनाम वाहिगुरु ही लिखेगा। सतनाम? सतनाम वाहिगुरु किथे है? सतनाम वाहिगुरु आ देख, उहदा अपने मंडल बचन है। उहदे च सतनाम वाहिगुरु, मेरे च सतनाम वाहिगुरु, ज्योति च सतनाम वाहिगुरु, और तेरे च भी है सतनाम वाहिगुरु। हुण पता नहीं कि सतनाम वाहिगुरु ने किदे तो चिट्ठी लिखा लेनी है। आ फड़ तेरी अमानत, हुण चाहे पी ते चाहे डोल दे, तेरी मर्जी है। चंगा जी। मास्टर ने तेरे कान च की किया मैनू नहीं पता, पर शरेआम बोलण वाला बंदा जदों कान च गल करदा फिर मसला कोई आम नहीं हुंदा। आओ पुत जटां दा हलवाउंदा वड्डे तड़के दा, आओ तेरी अखां मूरे कम दी जरूरत प्यारी। ओए हां वी डड, कदे कठे ते कदे अड है। अरे भाई इतना सन्नाटा क्यों है? मार दे करा शैदर के मिठे जे बोल सुना के। हैं आसे मैनू भूल जाई हमेशा ले। अच्छा मैं कह हुणी भूल जा के बाजा पासे रख के भुला भाई। ऐ हसता रही, कल मेरी एंगेजमेंट है, हो सके तो मैनू माफ कर दे। ओ हेलो 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 ओ हेलो।
ਬੇਟੀ ਜੀ ਸ਼ੰਭੂ ਨਾਥ ਕਹੋ ਚੰਗਾ ਸ਼ੰਭੂ ਚਾਚਾ ਜੀ ਚੰਗਾ ਵੀ ਇਹਦਾ ਲਿਖ ਲਓ ਫਿਰ ਹੈ ਯੋਵਾ ਬਸਦਾ ਵਾ ਹੈ ਪਾਨੋ ਆਂਟੀ ਜੀ ਵੀ ਅੱਗੇ ਤਾਂ ਮੈਨੂੰ ਕਮਲੀ ਦੱਸਦਾ ਸੀ ਇਹ ਵੇ ਕਦੋਂ ਤੋਂ ਉਹ ਸਹੀ ਨੰਬਰ ਤੋਂ ਮਿਲਿਆ ਉਹ ਮੈਂ ਤਾਂ ਆਪ ਤਾਜ਼ਾ ਤਾਜ਼ਾ ਸ਼ੰਭੂ ਚਾਚਾ ਬਣਿਆ ਮਾਸਟਰ ਜੀ ਜਿਹੜੇ ਰਾਹ ਆਏ ਆ ਉਸੇ ਰਾਹ ਬੈਕ ਹੋ ਜਾਓ ਕੀ ਗੱਲ ਹੋ ਗਈ ਅੱਜ ਪਿਆਉਣ ਵਾਲੇ ਵੀ ਪੀ ਫਿਰਦੇ ਆ ਉਹ ਜਿਹੜੇ ਪੀਂਦੇ ਸੀ ਤੁਸੀਂ ਪੀਣੋ ਹਟਾਤੇ ਸੱਪ ਵੀ ਨਾ ਪੀਣ ਦਾ ਨੇਮ ਚੱਕ ਗਿਆ ਲਾਟਰੀ ਵੀ ਨਹੀਂ ਹੱਥ ਲਾਉਂਦਾ ਪਿਆ ਹੈਂਗਰ ਮਾਸਟਰ ਜੀ ਅੱਗੇ ਨਾ ਵਧੋ ਬੈਕ ਹੋ ਜਾਓ ਤੁਸੀਂ ਪ੍ਰਵਚਨ ਦਿੰਦੇ ਆ ਭਾਸ਼ਣ ਦਿੰਦੇ ਆ ਮੇਰਾ ਸਾਰਾ ਕੰਮ ਮਿੱਟੀ ਕਰਕੇ ਰੱਖਤਾ ਕੋਈ ਗੱਲ ਨਹੀਂ ਸੋਹੀ ਵਰਗੇ ਪੰਜਾਬ 'ਚ ਅਜੇ ਬੜੇ ਬੈਠੇ ਸ਼ਰਾਬ ਨੂੰ ਪਿਆਰ ਕਰਨ ਵਾਲੇ ਲਾਟਰੀ ਬਹਿ ਜਾ ਚਾਹ ਪੀਂਦੇ ਆਪਾਂ ਉਹ ਚਾਹ ਵਾਲਾ ਬਿਜ਼ਨਸ ਬੰਦ ਕਰਤਾ ਤੁਰਦੇ ਫਿਰਦੇ ਨਜ਼ਰਾਂ ਤੁਰਦੇ ਫਿਰਦੇ ਲਾਟਰੀ ਤੂੰ ਤਾਂ ਪੀ ਲਾ ਤੇਰਾ ਦਾਰੂ ਬਿਨਾਂ ਕੌਣ ਆ ਲਾਟਰੀ ਸੋਹੀ ਸਾਹਿਬ ਨਹੀਂ ਨਜ਼ਰ ਆ ਰਹੇ ਦੇਖਿਆ ਨਹੀਂ ਕਈ ਦਿਨ ਤੋਂ ਮੈਨੂੰ ਲੱਗਦਾ ਉਹਦੀ ਖਬਰ ਲੱਗਣ ਵਾਲੀ ਆ ਖੁਦਕੁਸ਼ੀ ਦੀ ਫਸਲ ਨਹੀਂ ਤਾਂ ਨਸਲ ਨਹੀਂ ਕਰਜ਼ਾ ਹੀ ਕਰਜ਼ਾ ਮਰ ਜਾ ਤੂੰ ਮਰ ਜਾ ਵਾਹ ਇਹ ਹੁੰਦੀ ਹੈ ਅਣਖਾਲੀ ਗੱਲ ਉਹ ਜਿਹੜਾ ਪਦਾਰਥ ਪਿੱਛੇ ਲੁਕੋ ਕੇ ਰੱਖਿਆ ਉਹਨੂੰ ਅੱਗੇ ਰੱਖੋ ਲੁਕੋ ਕੇ ਕੀਤਾ ਜਾਣ ਵਾਲਾ ਕੰਮ ਜਾਂ ਚੋਰੀ ਹੁੰਦਾ ਜਾਂ ਪਾਪ ਨਾ ਤਾਂ ਤੁਸੀਂ ਚੋਰੀ ਕੀਤੀ ਹੈ ਨਾ ਪਾਪ ਕੀਤਾ ਜੰਮਣਾ ਅਤੇ ਮਰਨਾ ਉਸ ਕੁਦਰਤ ਦਾ ਨਿਯਮ ਹੈ ਪਰ ਇਨਸਾਨ ਪਰਮਾਤਮਾ ਔਰ ਕੁਦਰਤ ਤੋਂ ਅੱਗੇ ਲੰਘਦਾ ਜਾ ਰਿਹਾ ਮਰਨਾ ਉਹਨੇ ਆਪਣੇ ਹੱਥ 'ਚ ਕਰ ਲਿਆ ਮੈਂ ਤੁਹਾਨੂੰ ਮਰਨ ਤੋਂ ਰੋਕਣ ਨਹੀਂ ਆਇਆ ਮੈਂ ਤਾਂ ਸੋਚਿਆ ਕਿ ਚਲੋ ਜਾਂਦੇ ਬੰਦੇ ਨਾਲ ਦੋ ਚਾਰ ਗੱਲਾਂ ਹੀ ਕਰ ਲਈਏ ਕੀ ਨਾ ਤੁਹਾਡਾ ਹਾਂ ਦਲੇਰ ਸਿੰਘ ਸੋਹੀ ਕੰਮ ਵੀ ਦਲੇਰੀ ਵਾਲਾ ਕਰ ਰਹੇ ਹੋ ਬਹੁਤ ਬਹਾਦਰੀ ਦਾ ਕੰਮ ਹੈ ਮੈਨੂੰ ਸਮਝ ਨਹੀਂ ਆਉਂਦੀ ਕਿ ਸਾਹਿਬ ਸੱਚੇ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਸਾਹਿਬ ਨੂੰ ਕੀ ਸੁੱਝੀ ਆਪਣਾ ਪਰਿਵਾਰ ਗਵਾ ਕੇ ਪਾਤਸ਼ਾਹੀਆਂ ਲੁਟਾ ਕੇ ਚਾਰੋ ਬੱਚੇ ਕੁਰਬਾਨ ਕਰਕੇ ਫਿਰ ਵੀ ਚੜ੍ਹਦੀ ਕਲਾ 'ਚ ਰਹਿ ਕੇ ਇਹੋ ਹੀ ਕਿਹਾ ਇਨ ਪੁੱਤਰਨ ਕੇ ਸੀਸ ਪਰ ਵਾਰ ਦੀਏ ਸੁਤ ਚਾਰ ਚਾਰ ਮੂਏ ਤੋਂ ਕਿਆ ਹੁਆ ਜੀਵਤ ਕਈ ਹਜ਼ਾਰ ਪਰ ਅਫਸੋਸ ਕਿ ਉਹਨਾਂ ਦੀ ਕੌਮ ਦੇ ਵਾਰਸ ਅੱਜ ਇੱਕ ਟਰੈਕਟਰ ਗਵਾ ਕੇ ਫਸਲ 'ਚ ਘਾਟਾ ਖਾ ਕੇ ਆ ਜ਼ਹਿਰ ਦੀਆਂ ਬੋਤਲਾਂ ਚੁੱਕੀ ਫਿਰਦੇ ਨੇ ਠੀਕ ਹੈ ਜੀ ਮਰਜ਼ੀ ਹੈ ਤੁਹਾਡੀ ਹਾਂ ਕੋਈ ਆਖਰੀ ਖੁਆਇਸ਼ ਹੋਵੇ ਤਾਂ ਦੱਸ ਦਿਓ ਜਾਂ ਲਾਣੇਦਾਰਨੀ ਨੂੰ ਕੋਈ ਸੁਨੇਹਾ ਦੇਣਾ ਹੋਵੇ ਜਾਂ ਆਗਿਆਪਾਲ ਸਿੰਘ ਨੂੰ ਕੁਛ ਕਹਿਣਾ ਹੋਵੇ ਜਿਹਨੇ ਵਿਚਾਰੇ ਨੇ ਸਵੇਰੇ ਕਰਜ਼ਾ ਚੁੱਕ ਕੇ
ਤੁਹਾਡੀਆਂ ਅੰਤਮ ਰਸਮਾਂ ਕਰਨੀਆਂ ਨੇ। ਚਲੋ ਮਿਲਦੇ ਹਾਂ। ਆਓ, ਮਿਲਣਾ ਤਾਂ ਕਾਹਦਾ ਹੁਣ, ਕਿਉਂਕਿ ਗਿਆ ਬੰਦਾ ਕਦੇ ਮੁੜਦਾ ਨਹੀਂ ਅਤੇ ਅਗਲਾ ਜਨਮ ਹੁੰਦਾ ਨਹੀਂ। काश अगला जन्म हुंदा, मैं एक बहादुर इंसान बन के पैदा हुंदा। मेरिया कमजोरियां ने मेरे रास ने करते, अपने मुकद्दरां च हनेरे मैं आप लिख ले। देखो जी, साडा तो बिजनेस है, मैं अबोर्शन नहीं करेंगी तो कोई होर करेगा। तुसी चंगी तरह सोच लो, ओदा फिफ्थ मंथ चल रहा तो अबोर्शन करने नाल ओदी जान नू खतरा भी हो सकता। कुछ नहीं हुंदा ओदी जान नू, तुसी अपना काम करो। देखण नू तो तुसी बड़े जेंटल लगदे हो। अबीबी चुप, तुसी अपनी कहती असी अपनी कहती। भाई साहब, तुहानू आके कुछ पेपर साइन करने पैणगे। जा जा हुण। बीबी सोच ले। जा हुण। ਜਾਇਆ ਸੀ ਨਾ ਤੁਹਾਨੂੰ, ਉਹਦੀ ਸਾਰੀ ਬਾਡੀ ਦੇ ਵਿੱਚ ਜ਼ਹਿਰ ਫੈਲ ਚੁੱਕਾ। ਹਾਂਜੀ, ਗਿਣਤੀ ਤੇ ਸਹੀ ਆ ਉਹਦੇ ਕੋਲ। सब कुछ सिर्फ तू चाहिए बाणी, मैनू और कुछ नहीं चाहिए बाणी। तू ड्रॉप कर चलिए। Ah!
वाणी मेरा तेरे नाल प्रॉमिस है, मैं अगे तो कभी नहीं रोवांगा, ठीक है? अज एक बारी रज के रोलन दे वाणी। पुत तेरा बापू किधर नो गया? ओ जाना किथे बेबे, मैनू तो लगदा हल्ली उठे ही नहीं। तेरा दिमाग तो ठीक है, आखे उठे या नहीं? पाठी लगदे नू तां उठ खड़दा हो। ओ पता नहीं बेबे किथे है यार, मैं नहीं देखिया। अच्छा वे आसी कुछ करता नहीं लिया उन्हें, जमे पट्टे जावांगे आपां तां। बापू आपकी मां नूं कह दुद्ध गर्म करे, ले जियां लुचियां पा के माड़ा जा मख्याल भी पा दे। मख्याल प्रैक्टिस हो जा करू, नाले जिम लग जा करू। मन गए भी छट दी स्कीम हुण नहीं हथ लाउंदे शराब दे भीम नूं। चलो आ जा आ जा। महाराज लम्मी आमरा दवे बैंक वाले अनु, जे ओ ट्रैक्टर ना लेके जांदे तो साडे आले बंदे ने बंदा नहीं सी बनना। मुद्दता बाद हसते देखे आसी दे बापू, शुक्र है दात्या, शुक्र है। सर मेरे प्यारे बच्चियो, पर कुछ ज्ञान ऐसा है जो सिर्फ किताबा तो ही नहीं बल्कि आम जिंदगी चो मिलता है। माता पिता दे सत्कार तो, सियाने लोकां दी संगत तो, नेक कम्मां दे तजर्बे तो, आओ परमात्मा तो आपां कोठियां पैसा गड्डियां मंगन दी बजाए नेक कम्मां दी दात मंगिए। दे शिवा वर मोहे है शुभ कर्मन ते कब हूं न डरूं, न टरों अरसों जब जाए लरों, निश्चय करे अपनी जीत करूं, निश्चय करे अपनी जीत करूं, निश्चय करे अपनी जीत करूं। शुक्रिया गुरमुख जी राव खोण लई, आज तो स्कूल टाइम च नो जाना नो आना
सिर्फ पढ़ाना ते इसकी शुरुआत हुण तो ही। चलो नीतू मैडम क्या बात है जी, एक बार सर ले भी तालियां मार दे बच्चों। शुक्रिया। आओ मैडम चलो। आओ जी आओ जी आओ जी, लाटरी जी मोस्ट वेलकम जी। लेट हो गए तुसी, तुहानू बच्चों का जलवा दिखाना सी। चलो ज्योति देखना आयो केड़ी है ना। नहीं माटरी, ज्योति नू मैं जानता, दरअसल अज उहदा जन्म दिन है। अच्छा, पर तुहानू कितना पता? मेरे तो चिट्ठी पढ़ी गई सी। चिट्ठी पढ़ ली पर लिखी नहीं, ये तो फिर बेशर्मी दी हद है लाटरी साहब। आज बच्ची नू चिट्ठी दा गिफ्ट ही दे दें दे। लिखनी होनी। ठीक है, मर्जी है भी तेरी, चिट्ठियां वाले वीरा। सर जी मेरी गल सुनो। एक मिनट बोलना नहीं, ठहर जा पहले मेरी गल समझ रहा। आ फड़ो 100 रुपया, अज साड़ी ज्योति बेटी दा हैप्पी बर्थडे है। अच्छा। फटाफट हलवाई कोलों जाके ना 100 रुपए दे बेसन दे लड्डू ले आओ। ठीक है जी। बहुत प्यारे वाहेगुरु जी, पछाण तो तुसी ले आए होना, मैं चिट्ठियां वाली ज्योति बोलदी हां। मेरी मम्मी नु ना मेरे सस्तीकाल कहना जी। वाहेगुरु जी, अज ना सर ने मेरा बर्थडे बहुत सोहना मनाया। Happy birthday dear Jyoti, happy birthday to you. Happy birthday Jyoti. Sir ne na mainu bahut sona gift vi ditta. अज भी वाहेगुरु जी थोड़ी चिट्ठी नहीं आई। तुसी जिस दिन दा मम्मी नूं कोल बुला लिया है उस दिन तो बाद कदी चिट्ठी दा जवाब ही नहीं दिता। जे हुण भी जवाब ना दिता ना तो मैं मर जाना। मैनूं पता लग गया कि मर के मैं मम्मी नूं मिल सकदी हाँ। मम्मी दा हाल दस दिओ प्लीज। चंगा सतनाम वाहेगुरु जी, मैं थोड़ी चिट्ठी दा वेट करूँगी। प्यारी बेटी ज्योति, बहुत बहुत प्यार। ज्योति बेटा, मैं तेरा वाहेगुरु दुनिया ने उलझा रखिया सी तां जवाब नहीं दे सकिया। बेटा हुण तेरी हर नवी पुरानी चिट्ठी दा जवाब दिया करूंगा। ज्योति तेरी मम्मी बहुत खुश है बेटा। हाँ सच, असी भी तेरा बर्थडे मनाया सी, केक कटिया सी, उधे परियां आईयां, परियां ने डांस कीता ते सारे ने रल के गाया सी, हैप्पी बर्थडे टू यू, हैप्पी बर्थडे डियर ज्योति। तेरी मम्मी बहुत खुश हुई सी बेटा। पर असी सब ते तेरी मम्मी तेरे नाल नाराज हां। ज्योति बेटा तू उदास ना होया कर, तेनू उदास देख के तेरी मम्मी बहुत उदास हो जाती है, फिर उहदा जी नहीं लगता। तू हसया कर, तू हसदी है ता तेरी मम्मी हसदी है। तू थले जो भी करती है ना बेटा, तेरी मम्मी सब देखती है।
मम्मी का फिक्र ना करी। हाँ सच, मम्मी वालों बहुत बहुत प्यार। तेरा अपना सतनाम वाहेगुरु। लव यू वाहेगुरु जी, लव यू मम्मी। ए सच्चे पातशाह जीओ, तुहाडी कृपा दे नाल शंभू दास ने नवा जनरल स्टोर खोलिया। उहदी पहली कमाई दे मैं स्कूल दे विच पक्खे लवाऊंगा। बस कामयाबियां बख्शना जी। वाहिगुरु वाहिगुरु। वाहिगुरु जी, मैं तां मत्था टेकना भी नहीं आउंदा जी। ਉਹੀ ਇੰਨੇ ਸਾਲ ਤੁਹਾਡੇ ਨਾਲ ਰੁੱਸਿਆ ਰਿਹਾ। ਮੈਂ ਤਾਂ ਧੰਨਵਾਦ ਅਤੇ ਮਾਫ਼ੀ ਦੀ ਖਾਤਰ ਆਇਆ ਜੀ। ਧੰਨਵਾਦ ਮੈਨੂੰ ਬੰਦਾ ਬਣਾਉਣ ਲਈ, ਅਤੇ ਮਾਫ਼ੀ ਇਹ ਵੀ ਮੈਂ ਸਤਨਾਮ ਵਾਹਿਗੁਰੂ ਬਣ ਕੇ ਚਿੱਠੀਆਂ ਲਿਖ ਰਿਹਾ, ਪਰ ਜੇ ਹੁਣ ਤਾਂ ਸਵਾਦ ਆ ਰਿਹਾ ਵਾਹਿਗੁਰੂ ਨਿਆਣੀ ਨੂੰ ਖੁਸ਼ ਦੇਖ ਕੇ। ਸਤਿ ਸ਼੍ਰੀ ਅਕਾਲ ਜੀ, ਵਾਹਿਗੁਰੂ। ਸਤਿ ਸ਼੍ਰੀ ਅਕਾਲ ਜੀ। ਲਾਟਰੀ ਪੈਰੀ ਪੈਣਾ ਚ ਯਾਰ, ਅੱਜ ਤਾਂ ਠੇਕਿਆਂ ਮੂਹਰੇ ਆਪਾਂ ਫੋਟੋ ਖਿਚਾਉਂਦੇ ਰਹੇ ਹਾਂ, ਅੱਜ ਗੁਰੂ ਘਰ ਸਾਹਮਣੇ ਖਿੱਚ ਕੇ ਹੋ ਜੇ ਮਾੜਾ ਹੁੰਦਾ। ਉਹ ਬਾਈ, ਹਾਂ ਆ ਸਾਡੀ ਦੋਹਾਂ ਜਣਿਆਂ ਦੀ ਗੁਰੂ ਘਰ ਸਾਹਮਣੇ ਇੱਕ ਫੋਟੋ ਖਿੱਚਦੇ ਯਾਰ। ਲਿਆਓ ਰੇ ਆ ਲੈ। ਉਹ ਐਂ ਕੀ ਕਰੀ ਜਾਣਾ ਯਾਰ, ਆਹ ਬਟਨ ਦੱਬਦੇ। ਪਤਾ ਮੈਨੂੰ ਤੇਰੇ ਨਾਲ ਵਧੀਆ ਫੋਨ ਹੈ, ਆਈਫੋਨ 6 ਖੜੋ। गुरु घर सामने खड़े, हाथ जोड़ हाथ जोड़। स्माइल प्लीज। एक और स्माइल। लिया लैटरी फेसबुक पे पामा गयो। कम ऑन मैन, इट्स टाइम फॉर स्नैपचैट एंड इंस्टाग्राम, यू नो। कम ऑन लेट्स गो। की क्या गया है? अंग्रेजी थैंक यू करके गया है। एटा बड़ा हाँ चाह पत्ती ठोक के ते मिठा यारो रोक के। क्या बात है। ओहो जड़ा साडी बीह विच देवी ना तू होका मगदा रही वे सूरजा कमियां दे वेड़े। कमियां दे वेड़े। ओहो जी सब साहब चाह। ओ बंदा बन जा तू हैंगरा। की होया? दो दो गाला ना कड नाले सप ते नाले साहब। अच्छा लो जी, अज तो बाद एक होर फैसला भी आपा इना दा सही ना लिया करना, सप नहीं कहना। की ना है जी असली थोड़ा? नागराज। ये नालों फिर पहला ठीक नहीं सी ज्यादा। ओके मैं भाई। की हाल आ गया पाल सिंह? ठीक ठाक जी, कृपा जी वाहेगुरु जी। चलिए फिर बापू। एक मिनट, किथे जाना? लै जी बापू नू बैला, साडे को भी मित्रा। अज तां जी आपां आग्या पाल कोलों गाउण सुनना। इत्थे इत्थे गाएगा तां अगे जाएगा जवाना। ਆਪਾਂ ਯੂਟਿਊਬ ਤੇ ਤੇਰਾ ਗਾਣਾ ਅੱਜ ਹੀ ਰਿਕਾਰਡ ਕਰਕੇ ਪਾ ਦੇਣਾ, ਵੇਖੀ ਮੇਰਾ ਵੀ ਸਟਾਰ ਬਣਦਾ। ਇੱਥੇ ਰੱਖ, ਲੈ ਵੀ ਮੇਰਾ ਪੁੱਤ ਐ ਕਰ, ਉਹ ਗਾਣਾ ਸਿੱਟ ਜਿਹੜਾ ਤੂੰ ਕਹਿੰਦਾ ਨਹੀਂ ਹੁੰਦਾ ਉਹ ਬਈ, ਗੰਦ ਮੰਦ ਨਾਲ ਨਹੀਂ ਮੋਬਾਈਲ ਭਰੀਦਾ। ਹਾਲ ਵੜ ਕੇ ਨਾ ਬਾਪੂ ਮੈਂ ਠੀਕ ਆ। ਆ ਚੱਕ ਕਰ, ਐ ਲੈ ਆ ਫੜ ਲੋ ਜੀ। ਸ਼ਾਬਾਸ਼ ਆ ਗਈ ਬਾਈ, ਕੀ ਬਾਤ ਹੈ। ਸ਼ਾਜਾ ਚੱਕ ਦੇ ਫੱਟੇ, ਚੱਕ ਦੇ ਚੱਕ ਦੇ ਲਓ ਜੀ, ਰੱਬ ਸੁਖ ਰੱਖੇ। ਅੱਛਾ ਹਾਂਜੀ ਸਤਿ ਸ਼੍ਰੀ ਅਕਾਲ ਜੀ। ਖੜ ਜਾ ਇੱਕ ਮਿੰਟ। ਮੈਂ ਤੁਹਾਡੇ ਸਾਰਿਆਂ ਦਾ ਹਰਮਨ ਪਿਆਰਾ ਆਸੀ ਸੋਹੀ, ਤੇ ਅੱਜ ਮੈਂ ਜੋ ਵੀ ਨਹੀਂ ਹਾਂ ਜੀ, ਸਿਰਫ ਤੇ ਸਿਰਫ ਆਪਣੇ ਸਤਿਕਾਰਯੋਗ ਪੂਜਨੀਏ ਪਿਤਾ ਜੀ ਕਰਕੇ ਨਹੀਂ ਹਾਂ ਜੀ। ਹੱਸਦਾ ਬਾਪੂ ਯਾਰ, ਚੌਣ ਕਰਦਾ।
लेट हो जाना साडे जांदियां नूं करैक्टर डे फंक्शन खत्म हो जाना स्कूले नाले शाम नूं आउणा ते हैगा तूं वाह सर जी आप ही दस के भुल गए मैं एक टाइम दा इरादा छड्ड के आपदी अरदास तांबे दी नहीं करनी नाले तुसीं दा कहणे हुंने हो वी करैक्टर डे ते करैक्टर नहीं छड्डीदा बल्ले भी लाटरी कमाल करती है कमाल तो तुसी कीती है सर जड़ा इस लाटरी दी लाटरी कटती और तुसी भले मानस बंदे कहती क्यों बने हो मैं भी किसे दा गुनाहगार हां लाटरी जी चलो बच्चों चलो भाई अगली गेम खेडिए हुण आपां लो जी फिर आज तो चलो भी बच्चों हुण आज दा विचार ठीक है ठीक है जी गुरु दे प्यारे इक ने सारे बहाने करना डर के हारना औखा की है सौखा करना सौखा की है औखा करना कह गए बाबा नानक बाणी रच आज सच जुगाद सच 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 मम्मी मिठू तेरे डैडी ने नहीं आना कद नहीं आना नहीं मम्मी आनगे मेरे डैडी पक्का आनगे हौसला रखती है सियाणी बन सियाणी बन के सुख नु भेजिया सी की मिलिया मेनू सूबेदार साहब की होया बस डीसी ऑफिस गए सिगे
ਉੱਥੇ ਇਰਾਕ ਤੋਂ ਜਿਹੜੀਆਂ ਲਿਸਟਾਂ ਆਈਆਂ ਨਾ ਉਹਨਾਂ ਵਿੱਚ ਕਿਤੇ ਵੀ ਸੁਖੀ ਦਾ ਨਾਂ ਨਹੀਂ ਹੈ। ਲੈ ਵਿੰਦਰ ਭੈਣੇ ਫੇਰ ਕਿਉਂ ਘਬਰਾਉਣੀ ਹੈ, ਹੈਂ ਉਮੀਦ ਨਹੀਂ ਛੱਡੀ ਦੀ ਹੁੰਦੀ। ਮਾਸਟਰ ਜੀ ਅੱਜ ਇੱਕ ਲੜਕਾ ਮਿਲਿਆ ਸੀਗਾ ਸੁਖੀ ਦੇ ਨਾਲ ਦਾ, ਉਹ ਕੱਲ ਹੀ ਵਾਪਸ ਮੁੜਿਆ ਰੁਲਦਾ ਖੁਲਦਾ ਜਿਹਾ, ਕਹਿੰਦਾ 6 ਮਹੀਨੇ ਪਹਿਲਾਂ ਮੈਂ ਸੁਖੀ ਨੂੰ ਮਿਲਿਆ ਸੀਗਾ, ਹਾਲਤ ਕੁਛ ਠੀਕ ਜੀ ਨਹੀਂ ਸੀ। ਮਾਸਟਰ ਜੀ ਉਹ ਲੜਕਾ ਕਹਿੰਦਾ ਕਿ ਫਾਲਤੂ ਉਮੀਦਾਂ ਦੀ ਕੋਈ ਲੋੜ ਨਹੀਂ ਹੈ। ਮੈਂ ਵਾਹਿਗੁਰੂ ਜੀ ਨਾਲ ਗੱਲ ਨਹੀਂ ਕਰਨੀ। ਐ ਨਹੀਂ ਕਹੀਦਾ ਹੁੰਦਾ ਪੁੱਤ, ਵਾਹਿਗੁਰੂ ਨੂੰ ਥੋੜਾ ਐ ਕਹੀਦਾ, ਵਾਹਿਗੁਰੂ ਸਭ ਠੀਕ ਕਰਨਗੇ। ਪਾਪਾ ਤੁਹਾਨੂੰ ਤਾਂ ਆਉਣਾ ਹੀ ਪੈਣਾ, ਵਾਹਿਗੁਰੂ ਜੀ ਤੁਹਾਨੂੰ ਵੀ ਪਾਪਾ ਨੂੰ ਭੇਜਣਾ ਹੀ ਪੈਣਾ। ਮਿੱਠੂ ਮਿੱਠੂ ਇਹਦੇ ਸਾਰੇ ਜੀਵਾਂ ਮੈਂ ਮੇਰੇ ਨਹੀਂ ਜੀ ਕਰਦਾ ਜੀਵ ਲੰਘਿਆ ਲਾਲਾ। ਬਸ ਆ ਹੀ ਗਿਆ ਜੀ। ਸਤਿ ਸ੍ਰੀ ਅਕਾਲ ਲਾਣੇਦਾਰ ਸਾਹਿਬ। ਲਾਲਾ ਜੀ ਲਾਣੇਦਾਰ ਤਾਂ ਉਹ ਖੜਾ, ਮੈਂ ਤਾਂ ਉਹਦਾ ਮੋਹਲਾ ਮਲਦਾ। ਤੁਹਾਨੂੰ ਤਾਂ ਵਧੀਆ ਲੱਗਿਆ ਲੱਗਦਾ। ਸਤਿ ਸ੍ਰੀ ਅਕਾਲ ਸਰਦਾਰ ਸਾਹਿਬ। ਓਏ ਆ ਜਾ ਲਾਲਾ, ਕਿੱਥੇ ਰਹਿ ਗਿਆ ਸੀ, ਦੁਪਹਿਰਾ ਹੋ ਗਿਆ। ਤੁਹਾਡੇ ਰਾਜਕੁਮਾਰ ਨੇ ਰੌਂਗ ਨੰਬਰ ਲਾਤਾ, ਪਹਿਲਾਂ ਤਾਂ ਪਤੰਦਰ ਆਈ ਘੰਟਾ ਲੇਟ, ਉਸ ਤੋਂ ਬਾਅਦ ਮੇਰੇ ਸਟੋਰ ਤੋਂ ਤੁਰਦਾ ਨਾ ਹੀ ਨਾ ਲਵੇ। ਚਲੋ ਤੁਸੀਂ ਹੁਕਮ ਕਰੋ, ਮੈਂ ਆਪਣੀ ਦੁਕਾਨਦਾਰੀ ਵੀ ਸਾਂਭਣੀ ਆ ਜਾ ਕੇ। ਅੱਛਾ ਹੋ, ਹਾਂਜੀ 13 ਫਰਵਰੀ ਵਾਲਾ ਜਿਹੜਾ ਸੰਗੀਤ ਵਾਲਾ ਪ੍ਰੋਗਰਾਮ ਸੀ ਆਪਾਂ ਇੱਥੇ ਹੀ ਕਰਤਾ। ਸੱਤ ਵਚਨ 14 ਨੂੰ ਵਿਆਹ ਵਾਲਾ ਪ੍ਰੋਗਰਾਮ ਹੈ, ਕਿਸੇ ਹੋਰ ਨੂੰ ਕਿਹਾ ਹੋਇਆ, ਤੇਰੇ ਵੱਸ ਦਾ ਕੰਮ ਨਹੀਂ ਹੈ। ਓਹ ਜੀ ਵਧਿਆ ਘਰ ਦੀਆਂ ਵਧੀਆਂ ਮਿਰਚਾਂ, ਗੁੱਸਾ ਨਾ ਕਰੇ ਉਹ ਗੱਲ ਦਾ ਇੱਕ। ਅੱਛਾ ਮੈਂ ਤੈਨੂੰ ਆਸੀ ਤੋਂ ਬਿਨਾਂ ਕਿਸੇ ਹੋਰ ਨਾਲ ਨਹੀਂ ਦੇਖ ਸਕਦਾ ਮੰਤੇ। ਚੱਲ ਮੈਂ ਤੈਨੂੰ ਪੈਸਾ ਦਵਾਂ ਕੋਈ। ਪੈਸਾ ਦਾ ਕੀ ਆ, ਬਸ ਤੁਸੀਂ 1,00,000 ਰੁਪਈਆ ਦੇ ਦਿਓ, ਦੋ ਆਪਣੀ ਦਾ ਘਰ ਦੀ ਗੱਲ ਹੈ, ਚਲੋ 50,000 ਹੀ ਦੇ ਦਿਓ। ਚਲੋ ਆਜਾ ਆਜਾ ਪਿੰਕੂ, ਪਿੰਕੂ 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 ਕੀ ਹੋਇਆ ਮੁੰਡੇ ਨੂੰ, ਪਾਣੀ ਲੈ ਕੇ ਆਵਾਂ? ਹਾਂ ਪਿੰਕੂ ਪਿੰਕੂ ਕੀ ਹੋਇਆ ਇਹਨੂੰ ਬੇਟਾ? ਪਿੰਕੂ ਤੂੰ ਫਿਕਰ ਨਾ ਕਰ ਪੁੱਤ, ਕਹਿ ਕੰਮ ਹੈ ਜੀ। ਕੋਈ ਚਿਮਟਾ ਮਸਾਇਆਂ ਦਾ ਹੋ, ਚੱਲ ਦਿਲਾ ਟੁਰ ਚੱਲੀਏ, ਵੇ ਕੋਈ ਕਦਰ ਨਹੀਂ ਆਇਆਂ ਦਾ। ਹੋਇਆ ਸੀ ਆ ਗੱਲਬਾਤ ਤੇਰੀ ਟੁੱਟੀ, ਆ ਸੈਡ ਸੌਂਗ ਮੈਂ ਸੁਣੀ ਜਾਂਦਾ। ਵਾਸੀ ਉਹ ਦੇਖੋ ਉਹ ਆਪਣੀ ਇਨਸਪੀਰੇਸ਼ਨ ਤੁਰੀ ਆਉਂਦੀ ਹੈ। ਉਹ ਸੇਠਾ ਹਾਂਜੀ, ਉਹ ਕਿਵੇਂ ਆ? ਲੋੜ ਤਾਂ ਮੈਂ ਕਿਹਾ ਕਿੱਧਰੋਂ? ਇੱਧਰੋਂ ਪੈਦਲ ਹੀ। ਉਹ ਮੈਂ ਤਾਂ ਨਾਲ ਦੇ ਪਿੰਡ ਕੰਮ ਗਿਆ ਸੀ, ਰਸਤੇ 'ਚ ਪੈ ਗਿਆ ਜੰਗਲ ਪਾਣੀ ਦਾ ਜੋਰ, ਮੈਂ ਕਿਹਾ ਜਦ ਲੱਗਦਾ ਤੇ ਵੀ ਕੰਮ ਨੂੰ ਵੇਰ ਦਈਏ। ਲੱਗਦਾ ਵੱਡਾ ਹੀ ਸੌਦਾ ਮਾਰ ਗਿਆ ਹੈ। ਉਹ ਸੋਹੀ ਸਾਹਿਬ ਤੂੰ ਤਾਂ ਪੱਤਰਕਾਰ ਵਾਂਗੂ ਸਵਾਲ ਤੇ ਸਵਾਲ ਵਾਹੀ ਤੂੰ ਲਿਆਉਂਦਾ, ਲੈ ਜੇ ਫਿਰ ਪੁੱਛਣਾ ਹੀ ਚਾਹੁੰਦਾ ਤਾਂ ਪੁੱਛ। ਆਹ ਸ਼ਮਸ਼ੇਰ ਦਾ ਮੁੰਡਾ ਪਿੰਕੂ ਹੈ ਜਿਹੜਾ ਲੁੜਕ ਗਿਆ ਸੀ ਅੱਜ, ਨਾਲੇ ਇਹ ਰੌਂਗ ਨੰਬਰ ਪਹਿਲੀ ਵਾਰ ਨਹੀਂ ਲੱਗਿਆ, ਪਹਿਲਾਂ ਵੀ ਕਈ ਵਾਰ ਹਸਪਤਾਲ ਦੀ ਯਾਤਰਾ ਕਰ ਚੁੱਕਿਆ। ਸ਼ਮਸ਼ੇਰ ਦੇ ਲਾਲੇ ਨੂੰ ਅੱਜ ਕੱਲ੍ਹ ਨਸ਼ਿਆਂ ਦੀ ਮਸ਼ਹੂਰ ਹੱਟੀ ਨਾਲ ਮਿਲਾਉਂਦੇ ਨੇ ਲੋਕ। ਨਾਲੇ ਇੱਕ ਹੋਰ ਪਤੇ ਦੀ ਗੱਲ ਦੱਸਾਂ, ਫਿਰ ਆਖੇਗਾ ਦੱਸਿਆ ਨਹੀਂ, ਸ਼ਮਸ਼ੇਰ ਨੇ ਆਪਣੀ ਕੁੜੀ ਦਾ ਵਿਆਹ ਪੱਕਾ ਕਰਤਾ, 13 ਤਰੀਕ ਵਾਲੇ ਪ੍ਰੋਗਰਾਮ 'ਤੇ ਮੈਨੂੰ ਹਲਵਾਈ ਦੇ ਤੌਰ 'ਤੇ ਬੁੱਕ ਕੀਤਾ, ਅਤੇ 14 ਤਰੀਕ ਨੂੰ ਕੁੜੀ ਦਾ ਵਿਆਹ ਹੈ। ਤੋਲਦਾ ਗੱਡਾ, ਮੈਂ ਲੱਗਦਾ ਹੁਣ ਤਾਂ ਤੁਹਾਡਾ ਗੱਡਾ ਗਾਰ 'ਚ ਹੀ ਫਸ ਗਿਆ। ਗੁੱਸਾ ਨਾ ਕਰਿਓ, ਹੁਣ ਗੱਲਦਾ ਇੱਕ। ਕਾਹਦੇ ਲਈ? 14 ਫਰਵਰੀ ਆ, ਵੈਲੈਂਟਾਈਨਸ ਡੇ, ਪਿਆਰ ਕਰਨ ਵਾਲਿਆਂ ਦਾ ਦਿਨ। ਅੱਛਾ, ਸਹੁੰਆਂ ਜੱਟ ਨੂੰ ਪਿਆਰ ਕਰਨ ਵਾਲੇ ਦਿਨ ਦੀ ਗਾਹਲੀ, 14 ਫਰਵਰੀ ਨੂੰ ਜੱਟ ਬਰਾਤ ਲੈ ਕੇ ਆਊਗਾ ਤੇਰੇ ਘਰੇ। ਵੇ ਸਜਣਾ ਪਿਆਰਿਆਂ ਛੱਡ ਕੇ ਨਹੀਂ ਜਾਈਦਾ। 1/2 ਘੰਟੇ 'ਚ ਤੇਰੇ ਕੋਲ ਡਿਲੀਵਰੀ ਲੈ ਕੇ ਪਹੁੰਚ ਰਿਹਾ, ਉਹਦਾ ਕੰਮ ਸਿਰਫ ਤੇਰੇ ਤੱਕ ਪਹੁੰਚਾਉਣਾ ਹੈ, ਅੱਗੇ ਜ਼ਿੰਮੇਵਾਰੀ ਤੇਰੀ ਹੈ। ਅਸਮਾਨ ਸਾਹਿਬ ਓਏ, ਪਿੰਕੂ 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 ਕੀ ਹੈ ਕੀ ਹੈ? ਤੁਸੀਂ ਤਾਂ ਕਹਿੰਦੇ ਸੀ ਮੈਂ ਤੈਨੂੰ ਪਛਾਣ ਲੂਗਾ। ਮੇਰੇ ਬੱਚੇ ਮੈਂ ਮਰਨਾ ਨਹੀਂ ਚਾਹੁੰਦਾ ਡੈਡ, ਮੈਂ ਮਰਨਾ ਨਹੀਂ ਚਾਹੁੰਦਾ ਡੈਡ, ਮੈਂ ਡੈਡ ਮੈਨੂੰ ਬਚਾ ਲਓ ਪਲੀਜ਼, ਬਚਾ ਲਓ ਪਿੰਕੂ ਪਿੰਕੂ ਮੇਰੇ ਪਾਪਾ ਪਿੰਕੂ ਪਿੰਕੂ ਬੇਟਾ ਬੇਟਾ ਬੇਟਾ
तेरा दो नंबर का धंधा ते आ जुल्म खून दे हंजूरू आओ तेनू पिंड च पूरा इज्जत नहीं रही। मेरे वर्गे सन बंदी यह काम कर सकते ने? तेरे पिंड की खस्सी जनता सिर्फ गल्ला कर सकती है ते तू कड़ी इज्जत दिया गल्ला करता है। मेरे व्याह पिंड का पंच नहीं सी सद होया ते तो जिदन तू मरेगा ना सीएम आऊगा सीएम। मर्जी अगे आप कुछ नहीं कर सकते। मैं मारता दलेर भाई, दलेर भाई मैं मारे आपके पुत्र लोगों ने नशा बेचता वो ही नशा मेरे पुत्र खा गया। दलेर भाई नशा मेरे पुत्र खा गया। ना जी ना गुरमुख, ना जी ना। हाँ जी हाँ मैं तेरा गुनाहगार, मैं तुहाडे दोहां दा कतल कीता, तेरा भी ते अपनी बच्ची दा भी। मैं कल्ले ने नहीं रहना बाणी हुण, मैं भी तुहाडे दोहां कोल आउणा चाहुंदा। वाह जी प्यारे हो, परमात्मा दे दित्ते हुए जिंदगी रूपी तोहफे नूं बिना वरते ही खत्म करन लगे हो। मैं गुरमुख मैं किते नहीं गई, मैं थोड़े अंदर जूंदी हाँ। यूं मर के मैनू ना मारो, जो होया वो वाहेगुरु जी की मर्जी सी। हुक्मे अंदर सब को, बाहर हुक्म ना कोई। गुरमुख जीना सीखो ते जीना सिखाओ, अपनी चुप नू तोड़ो, मेरे परशामे नू ना फड़ो, सगों पानी दी आत्मा नू पछाणो, रूहानी बाणी ते लड़ लगो। लगोंगे ना? हाँ
बचा लिया बाबे नानक दी बाणी ने। शमशेर जी मैं कहा कीड़ी दे करे भगवान तेन चंगा नहीं लगना ना? ना मैं बहुत चिर बाद आया, मैं रो पड़ा तेन चंगा नहीं लगना। बिना दंदा छलिया च भलाते वाहिगुरु ने इथे रख। हां जी 14 फरवरी नू आख्या बाल सिंह बरात लेके जा रहा है, थोनू अज तो चुले ने आउंदा। ओ बल्ले ओ शेरा बल्ले। जलेबियां की गल करते हैं तुम छड़ के वेखो हूं कड़ाए च मूह पा लेगा। सही गल है पा कड़ाए च मूह मैं खिचू तेरी फोटो खिंच लियो फिर तुम फेसबुक से पानी पाऊगी। अच्छा है दसो फिर स्टेटस की पाओगे? देखो जी जे कड़ाए दे विच मुंह पाके जलेबियां खाओगे हां जी फिर तो स्टेटस इको ही बनता कुत्ते खान जलेबियां। मार्टरी नूं पुछदे आ माटी। हाँ जी मतलब ब्याह वाले दा आपां गुट-गुट ला सकदे आ जी हुण। ला ला सवाल मैं तड़के दा कही जाना भी एक बार छड़ती छड़ती यार नहीं लाउणी हां नचण वाले पुछ लेने मतलब भी नच तां सकदी पुछ ले प्यार ना गिद्दे बिना थोड़े तो ब्याह नहीं देखा जांदा बंदे बन के ब्याह देखो। ये मैं वैसे ही वेख्या लाटरी साहब तुहाडे वल भाई ब्याह ते नहीं नचना फिर कदों नचोगे? की रौला पाया पता थानू लाउड म्यूजिक डिसिप्लिन तंग करता है। बेवकूफ किसे थां दे कह जे गाने बजा रहे हैं एडा शुभ मौका है ओ गाना बजा डीजे वाले बाबू मेरा गाना बजा। अपना
ਮਾਰਨੀ ਹੈ ਭਰਜਾਈ ਮਜ਼ਾਕ ਕਰਕੇ ਮੈਂ ਕੀ ਕਹਾਂ ਆ ਤੂੰ ਕਿਹਾ ਨਹੀਂ 1,00,000 ਦਊਂਗਾ ਮੈਂ ਵਿਆਹ ਦਾ ਪ੍ਰੋਗਰਾਮ ਬੁੱਕ ਕਰਦਾ ਸੀ ਯਾਰ ਉਹ ਵੱਡਿਆ ਗਵੰਤਰੀ ਆ ਪਹਿਲਾਂ ਆਪਦਾ ਵਿਆਹ ਤਾਂ ਕਰਾ ਲੈ तू कित्थे कुंडली मरी बैठा है ये तेरी पुटारी नहीं हां मेरा पुत्ता है वो बंदिया वांगू बैठ ओ कोई नहीं भाई मैं करदा है ता जहर ओए बेअदब स्नेक बंदा बन हां ओ यार ओ जदों रिबन जा कट दे सालियां नु किन्ने पैसे देने है वो तो तेरे बापू ने ता तेरी मासियां नु 100 रुपया दित्ता सी ओए बापू पंजवी फेल है मैं अद्धी बीए करी बैठा नाले मैं मौजूदा कलाकार हां तू मेरे पुत 155 रुपया दे दी है ओए रिबन कटाई देनी है बेबे को टूल पलाई दी पर्ची थोड़ी कटाउनी है जो दिल चल बैठ बैठ ਤੁਸੀਂ ਅੱਜ ਆਪਣੀ ਮੱਝ ਤੇ ਆ ਜਾਂਦੇ ਆ ਸੂਬੇਦਾਰ ਸਾਹਿਬ ਜੇ ਮੈਂ ਤੁਹਾਡਾ ਟੈਂਕ ਦੇਖ ਲੈਂਦਾ ਮੱਝ ਛੱਡ ਮੈਂ ਝੋਟੇ ਤੇ ਆ ਜਾਣਾ ਸੀ ਕੀ ਬਾਤ ਹੈ ਜੀ ਵੈਸੇ ਤੁਹਾਡੀ ਮੱਝ ਨੂੰ ਤਾਂ 4-5 ਵਾਰੀ ਅੜਿੰਗਦਿਆਂ ਸੁਣਿਆ ਸੀ ਮੈਂ ਆਪ ਜੀ ਨੂੰ ਬੋਲਦਿਆਂ ਅੱਜ ਪਹਿਲੀ ਵਾਰੀ ਸੁਣਿਆ ਰੌਣਕ ਸਿੰਘ ਨਾਂ ਹੈ ਮੇਰਾ ਇਹ ਦੋਤੀ ਹੈ ਮੇਰੀ ਜੋਤੀ ਬਸ ਕੁਝ ਸਮੇਂ ਲਈ ਇਹਦੀ ਚੁੱਪ ਨੇ ਮੈਨੂੰ ਵੀ ਗੂੰਗਾ ਕਰਤਾ ਸੀ ਅੱਛਾ ਜੀ ਇਹਦਾ ਮਤਲਬ ਜੋਤੀ ਆਪ ਜੀ ਦੇ ਬਾਗ ਦਾ ਫੁੱਲ ਹੈ हां अपने बाग दा फुल है पर एदी मालन मेरी थी कैंसर दे रोग ने खा ली एदे दादके छोटी जी सी बेचारी जदों मेरे कोल छड़ गए हुण नानकियां ने तां अपनियां धीयां दे फर्ज निभाउणे ही ने ओ छड़े छुड़े वाली गल गई वीरे लाटरी नु साख करौण लग्या मैं आपदी सली दा 51,000 रुपया लगू पर मैं तां तरमाईयां यार ओ वीरे बाई नु सिर्फ मुफ्त चाह पियाई जा सकदी है साडू दी फीस नहीं माफ कीती जा सकदी ओ मैं होऊंगा ना ओ सोही साहब ओ शहीद ने बरात नु तोर लो कितो जांदियां नु पता उड़ना खत्म हो जाना ओ तुसी इत्थे कड़े जाबां दा पिट करी जाओगे ओ थोड़े वीरे दा ब्याह है गोडे दुखदे थोड़े लग रहे चुप ओ लाओ फिर जेड़ी कहंदा लंकाल तू डरदी हुंदी है तू ना कचमीले वाली चमकीला हुंदा है
ਸ਼ਮਸ਼ੇਰ ਦੋਵੇਂ ਕਰਤੀ ਰਾਣੀ ਦੇ ਨੇ ਜਦੋਂ ਇਹਦਾ ਚਿੱਤ ਕਰੂ ਗੇੜਾ ਮਾਰ ਜਾ ਕਰੂ ਚਲੋ ਜੀ ਲਓ ਵਾਹਿਗੁਰੂ ਦਾ ਨਾਮ ਤੇ ਇਜਾਜ਼ਤ ਲਈਏ ਹੁਣ ਮਾਸਟਰ ਜੀ ਏਦਾਂ ਨੀ ਇਹ ਆ ਲਓ ਆ ਪਰੋ ਮੁੱਠੇ ਨਹੀਂ 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 ਸੋਹੀ ਸਾਹਿਬ ਅੱਜ ਦਾ ਦਿਨ ਸਿਰਫ ਤੁਹਾਡਾ ਹੱਕ ਬਣਦਾ ਜੀ ਨਾ 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 ਜ਼ਿੰਦਗੀ ਦੇਣ ਵਾਲੇ ਨਾਲੋਂ ਨਾ ਜ਼ਿੰਦਗੀ ਪੜਾਉਣ ਵਾਲੇ ਦਾ ਹੱਕ ਪਹਿਲਾਂ ਚਲੋ ਜੋ ਹੁਕਮ ਜੀ बाबे नानक दी बाणी ते अरदास ग्रेट है सर सुखी मेरा बच्चा मासी मासी जी मैं उत्थों मुड़ के आया जिथे मौत भी हैरान हूं भी इनू कट के कौन लै गया हार गया सी मैं ता पर तुहाडियां सब दियां अरदासां जित गईआं तू सच्चा साहिब सिफत सवालियो जिन कीती सो पार पिया कहो नानक करते कियां बातां जो किस करना सो कर रहा हूं खुश है मेरी भैन हां जी वीर वाह ओए दातिया असी तानू लेना आए सी दाते ने जवाई भी मोड़ता लो हुण देखदा कौन नहीं नचदा हां जी बीबी जी सत श्री अकाल पैरी पहना जी भुल ही गया गुरबखा कद आएगा भुलिया कित्थे जांदा बी जी भुले तो अजे वह नहीं जिहड़े सदा लई छड्ड के तुर गए माफ कर दे पुत्त मां नूं मामा भी तो माफ कर दियां आईआं ने इन्ने नाराज के पुत्त बीबी जी मैं एक नवे स्कूल च ज्वाइन करना ज्वाइन करके फिर देखदा मारदा चुप तेरिया भतीजियां याद कर दिया ने पुत ये सारे साढ़े को ने मैं लेके आई हाँ अच्छा जी ठीक है बीजी चलो लाओ परौंठे फिर पहला आके थोनों ही ज्वाइन करता करनी है अरदास प्यारे हो किस्मत अपनी आप शिंगारे हो सुख मंगिए नगर खेड़े दी दुखी नू दईए सुख पानी बचाइए वांग पत दे पुत्तां वांगू रुख बाबे नानक दी बाणी दे दिल तो अर्थ हंडाइए तीनू मंदा बोलिए ना किरत कर वंड खाइए तुहाडा प्यारा गुरमुख सिंह लै भई असी हुण आपां सारे जणे मिल के आ मास्टर जी दी लिखी हुई अरदास दे नाल इक सेल्फी खिचाइए ठीक है फेसबुक ते पावांगे ठीक है ठीक है फेसबुक ते तां पावांगे स्टेटस की लिखेगा लिखूंगा नहीं लिखांगे मिस यू मास्टरजी आजो 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 ए महज तस्वीरां नहीं हन ए पंजाब दे वासी ने कदी ए घेरे सन संताली घेरे कदी चौरासी ने अज ए घेरे खुदकुशियां ने घेरे अज सियासत ने जुगनी माइया गावन वाले
घेरे अज उदासी ने सुनिया राहां हिक विच ताहां कोई नजर कलैणी रोकोवे तरस ना जायो ते पुत्तां नूं ओ पंजाब दे लोकोवे। अरदास